ਬੰਦਿਆਂ ਦੀਆਂ ਡਿਊਟੀਆਂ ਟਾਈਆਂ ਤੇ ਲਾਈਆਂ ਹੋਈਆਂ ਜਿਹੜੇ 2-4 ਬੰਦਿਆਂ ਦੀਆਂ ਡਿਊਟੀਆਂ ਸਿਰਫ ਉਹੀ ਵੀਰ ਇਸ ਸਟੇਜ ਉੱਪਰ ਰਹਿਣਗੇ ਹੋਰ ਕੋਈ ਵੀ ਚਾਹੇ ਸਾਡਾ ਕਮੇਟੀ ਮੈਂਬਰ ਹੈ ਸਾਡਾ ਉਹ ਵੀਰ ਇਸ ਸਟੇਜ ਦੇ ਉੱਪਰ ਨਾ ਬੈਠੇ ਇਹ ਬੇਨਤੀ ਨੂੰ ਸਾਡੀ ਨੂੰ ਸਵੀਕਾਰ ਕਰੋ VIP ਸਟੇਜ ਵੀ ਸਿਰਫ ਜਿਹੜੇ ਅਸੀਂ ਦੱਸਿਆ ਵੀ ਡੇਰੇ ਦੇ ਆਪਣੇ ਮੁੱਖ ਸੇਵਾਦਾਰ ਬਾਬਾ ਹਰੀ ਰਾਮ ਜੀ ਔਰ ਆਪਣੇ ਇਸ ਨਗਰ ਦੇ ਮੌਜੂਦਾ ਸਰਪੰਚ ਸਾਹਿਬ ਉਹੀ VIP ਸਟੇਜ ਤੇ ਬੈਠਣਗੇ ਬਾਕੀ ਵੀਰ ਆਪਣੀਆਂ ਜਿਹੜੀਆਂ ਦੂਜੀਆਂ ਸਟੇਜਾਂ ਲਾਈਆਂ ਜਾਂ ਕੁਰਸੀਆਂ ਲਾਈਆਂ ਤੁਸੀਂ ਉਹਨਾਂ ਦੇ ਉੱਪਰ ਬਿਰਾਜਮਾਨ ਹੋ ਜਾਣਾ ਹੁਣ ਮੈਚ ਰੋਰੀ ਕਪੂਰਾ ਤੇ ਪੱਕੀ ਕਲਾਂ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਕਬੱਡੀ 75 ਕਿਲੋ ਭਾਰ ਦਾ ਅਗਲੀ ਮਾਈਕ ਤੇ ਗੱਲ ਜਸਵਿੰਦਰ ਆਸਾ ਪੁੱਤਰ ਮੇਰੇ ਪਿਤਾ ਸਮਾਨ ਬਜ਼ੁਰਗ ਨੌਜਵਾਨ ਵੀਰ ਤੇ ਬੱਚੇ ਸਾਰਿਆਂ ਨੂੰ ਕੋਟ ਅਨ ਕੋਟ ਨਮਸਕਾਰ ਹੈ ਤੁਹਾਡੇ ਆਪਣੇ ਛੋਟੇ ਵੀਰ ਜਸਵਿੰਦਰ ਆਸਾ ਬੁੱਟਰ ਦੀ ਸ਼ੁਰੂਆਤ ਤੋਂ ਪਹਿਲਾਂ ਦੱਸੀਏ ਕਿ ਅੱਜ ਸ਼ਹੀਦੀ ਦਿਹਾੜਾ ਹੈ 9ਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੋ ਜਿਵੇਂ ਕਹਿੰਦੇ ਨੇ ਅੱਜ ਦੇ ਦਿਨ ਉਹਨਾਂ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਆਪਣਾ ਸੀਸ ਹਿੰਦੁਸਤਾਨ ਦੇ ਲਈ ਲਵਾਇਆ ਇਨਸਾਨੀਅਤ ਦੇ ਲਈ ਲਵਾਇਆ ਔਰ ਮੇਰੀ ਵੀਰੋ ਹਿੰਦੁਸਤਾਨ ਦੀ ਸਿੱਖ ਕੌਮ ਨੂੰ ਸਦਾ ਦੇ ਲਈ ਜਿਵੇਂ ਕਹਿੰਦੇ ਨੇ ਉਹਨਾਂ ਨੇ ਆਬਾਦ ਕਰ ਦਿੱਤਾ ਉਸ ਦਰਵੇਸ਼ ਉਸ ਸ਼ਹੀਦੀ ਦੇ ਪੁੰਜ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਦਿਹਾੜਾ ਅੱਜ ਔਰ ਜਿੱਥੇ ਕਹਿੰਦੇ ਨੇ ਵੀ ਸੰਗਤਾਂ ਮਨਾ ਰਹੀਆਂ ਨੇ ਉੱਥੇ ਸਾਰੀਆਂ ਸੰਗਤਾਂ ਨੂੰ ਕਣਗੀਆਂ ਵਾਲਿਆਂ ਲਿਖਾ ਕਿ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੇ ਗੁਣ ਤੇ ਤੇਰੀ ਵਡਿਆਈ ਵੱਡੀ ਤੇ ਗੁਣਾਂ ਦਾ ਚੋਜੀ ਭੰਡਾਰ ਵੱਡਾ ਤੇਰੀ ਤਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ ਕੀਤਾ ਸਿੱਖ ਕੌਮ ਤੇ ਤੁਸੀਂ ਉਧਾਰ ਵੱਡਾ ਕਿਸੇ ਦੀਆਂ ਬਹਾਰਾਂ ਨੂੰ ਨਹੀਂ ਖੁਸਣ ਦਿੱਤਾ ਤੇ ਭਾਵੇਂ ਆਪਣੇ ਬਾਗ ਬਹਿਰਾਨ ਹੋ ਗਏ ਹੱਥੀ ਛਾਵਾਂ ਕੀਤੀਆਂ ਲੱਖਾਂ ਪੁੱਤਰਾਂ ਨੂੰ ਆਪਣੇ ਚਾਰੇ ਸੀ ਚਾਰੇ ਕੁਰਬਾਨ ਹੋ ਗਏ ਆਪਣੇ ਚਾਰੇ ਸੀ ਚਾਰੇ ਕੁਰਬਾਨ ਹੋ ਗਏ ਅੱਜ ਜਿੱਥੇ ਕਹਿੰਦੇ ਨੇ ਵੀ ਸ਼ਹੀਦੀ ਦਿਹਾੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਹੈ ਉੱਥੇ ਪਿੰਡ ਮਾਹਲਾ ਕਲਾਂ ਦੀ ਧਰਤੀ ਬਾਗੇ ਪੁਰਾਣੇ ਤਹਿਸੀਲ ਦੇ ਵਿੱਚ ਮੋਗੇ ਜ਼ਿਲ੍ਹੇ ਦਾ ਇਹ ਸੰਤ ਬਾਬਾ ਹੀਰਾ ਦਾਸ ਜੀ ਯਾਦਗਾਰੀ ਕਬੱਡੀ ਕਬੱਡੀ ਕੱਪ ਕਬੱਡੀ ਮੇਲਾ 6ਵਾਂ ਸਲਾਨਾ ਜਿੱਥੇ ਬਰਸ਼ੀ ਹੈ ਸੰਤਾਂ ਦੀ ਉੱਥੇ ਕਬੱਡੀ ਦਾ ਖੇਡ ਮੇਲਾ ਅੱਜ ਮੈਂ ਦੇਖਾਂਗਾ ਸਾਰੇ ਵੀਰਾਂ ਦਾ ਮੈਂ ਹਾਰਦਿਕ ਧੰਨਵਾਦ ਕਰਦਾ ਕਬੱਡੀ 365.com ਦੇ ਜ਼ਰੀਏ ਜਿਹੜੇ ਇਸ ਕਬੱਡੀ ਦੇ ਖੇਡ ਮੇਲੇ ਦੇ ਨਾਲ ਜੁੜ ਚੁੱਕੇ ਨੇ ਆਰਜਨਾਈਜ਼ਰ ਵੀਰ ਇਸ ਟੂਰਨਾਮੈਂਟ ਦੇ ਮੇਲੇ ਦੇ ਪ੍ਰਬੰਧਕ ਕਲੱਬ ਦੇ ਪ੍ਰੈਜ਼ੀਡੈਂਟ ਭਾਈ ਲਖਵੀਰ ਹੋਰੀ ਸੋ ਪੂਰੀ ਸਮੁੱਚੀ ਪੰਚਾਇਤ ਤੇ ਸਮੁੱਚਾ ਨਗਰ ਪਿੰਡ ਮਾਹਲੇ ਦਾ ਮੈਂ ਰਿਣੀ ਰਹਾਂਗਾ ਜਿਨ੍ਹਾਂ ਨੇ ਅੱਜ ਇਹਨਾਂ ਮੈਦਾਨਾਂ ਦੇ ਵਿੱਚੋਂ ਦੋ ਸ਼ਬਦ ਬੋਲਣ ਦਾ ਮੌਕਾ ਦਿੱਤਾ ਪੱਖੀ ਕਲਾਂ ਪਿੰਡ ਹੈ ਧੰਨਾ ਨਾਉ ਸੀ ਪਰ ਧੰਨੇ ਨੂੰ ਡੱਕ ਲਿਆ ਗਿਆ ਫਰੀਦਕੋਟ ਜ਼ਿਲ੍ਹੇ ਦੇ ਰੋੜੀ ਕਪੂਰੇ ਪਿੰਡ ਦੇ ਸਨਾਉਜਨ ਜਾਫੀ ਨੇ ਅੰਕ ਜਿਹੜਾ ਜਾਫੀ ਦੇ ਖਾਤੇ ਇੱਕ ਪਾਸੇ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਵਾਲੀ ਸਾਈਡ ਇਹ ਜਿਹੜੀ ਟੀਮ ਹੈ ਇਹ ਰੋੜੀ ਕਪੂਰੇ ਦੀ ਟੀਮ ਹੈ ਵਾਟਰ ਬਾਕਸ ਵਾਲੀ ਟੈਂਕੀ ਵਾਲੀ ਸਾਈਡ ਜੇ ਗੱਲ ਕਰੀਏ ਤਾਂ ਇਹ ਪੱਖੀ ਕਲਾਂ ਦੀ ਟੀਮ ਹੈ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਔਰ ਉਧਰਲੇ ਪਾਸੇ ਜਿਵੇਂ ਕਹਿੰਦੇ ਨੇ ਡੇਰਾ ਸਾਹਿਬ ਦੇ ਸੇਵਾਦਾਰ ਨੇ ਲਿਬਲਾਨ ਦੇ ਵਿੱਚੋਂ ਸਿੱਧੀਆਂ ਤਾਰਾਂ ਜੋੜ ਲਈਆਂ ਨੇ ਫੋਨ ਦੇ ਜ਼ਰੀਏ ਲਿਬਲਾਨ ਦੇ ਵਿੱਚ ਬੈਠ ਕੇ ਕਬੱਡੀ 365 ਨੈੱਟ ਦੇ ਜ਼ਰੀਏ ਕਬੱਡੀ 365.com ਦੇ ਜ਼ਰੀਏ ਇਸ ਖੇਡ ਮੇਲੇ ਦੇ ਨਾਲ ਜੁੜ ਚੁੱਕੇ ਨੇ ਮੁਬਾਰਕਬਾਦਾਂ ਭੇਜ ਰਹੇ ਨੇ ਮੇਰੇ ਵੀਰੋ ਇਸ ਕਬੱਡੀ ਦੇ ਮਹਾਕੁੰਭ ਦੀਆਂ ਨਗਰ ਨੂੰ ਔਰ ਜਿਵੇਂ ਕਹਿੰਦੇ ਨੇ ਦਿਲ ਸਾਡਾ ਬਾਗੋ ਬਾਗ ਹੋਇਆ ਪਿਆ ਔਰ ਇੱਧਰਲੇ ਪਾਸੇ ਜਿੱਥੇ ਜਥੇਦਾਰ ਤੀਰਥ ਸਿੰਘ ਜੀ ਮਾਹਲਾ ਮੁੱਖ ਸੇਵਾਦਾਰ ਬਾਬਾ ਹਰੀ ਸਿੰਘ ਜੀ ਹਰੀ ਰਾਮ ਜੀ ਔਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣੇ ਵਾਲੇ ਸੁਖਪ੍ਰੀਤ ਸਿੰਘ ਜੀ ਸੇਵਾਦਾਰ ਅੱਜ ਉੱਥੇ ਮਿੰਟੂ ਸਰਪੰਚ ਬੀਲਾ ਚੇਅਰਮੈਨ ਅਕੈਡਮੀ ਪੱਤੋ ਸਰਦਾਰ ਮੇਜਰ ਸਿੰਘ ਜੀ ਬਰਾੜ ਭਲੂਰ ਵਾਲੇ ਪ੍ਰਧਾਨ ਨੇ ਅਲਬਰਟਾ ਕਬੱਡੀ ਫੈਡਰੇਸ਼ਨ ਆਫ ਕੈਨੇਡਾ ਦੇ ਉੱਥੇ ਕਰਮਪਾਲ ਸਿੱਧੂ ਲੰਡੇਕਿਆਂ ਵਾਲੇ ਉੱਘੇ ਖੇਡ ਪ੍ਰਮੋਟਰ ਨੇ ਜਲੰਧਰ ਸਿੰਘ ਸਿੱਧੂ ਪੰਜਗਰਾਂ ਸਕੱਤਰ ਨੇ ਅਲਬਰਟਾ ਕਬੱਡੀ ਫੈਡਰੇਸ਼ਨ ਕੈਨੇਡਾ ਦੇ ਜਗਰਾਜ ਸਿੰਘ ਜੀ ਬਰਾੜ ਮਾਹਲਾ ਖੁਰਦ ਸੀਨੀਅਰ ਮੀਤ ਪ੍ਰਧਾਨ ਨੇ ਅਲਬਰਟਾ ਕਬੱਡੀ ਫੈਡਰੇਸ਼ਨ ਦੇ ਗੁਰਲਾਲ ਸਿੰਘ ਮਾਣੂਕੇ ਖੇਡ ਪ੍ਰਮੋਟਰ ਔਰ ਜਿੱਥੇ ਟੋਨਾ ਬਾਰੇ ਵਾਲੀਆ ਸਪੋਂਸਰ ਘੱਲ ਅਕੈਡਮੀ ਭਗਵਾਨ ਸਿੰਘ ਰਾਮੂ ਵਾਲਾ ਕਬੱਡੀ ਦੇ ਕੋਚ ਜਿਹਦਾ ਵਿਜੇਤਰ ਤੇ ਸਨਮਾਨ ਹੋਣਾ ਹੈ ਧਰੂਵ ਦੌਦਰ ਸੰਧੂ ਸੁਰਜੀਤ ਸਰਪੰਚ ਮਿਹਰੀ ਵਾਲਾ ਇਹਨਾਂ ਸਾਰੇ ਵੀਰਾਂ ਦਾ ਸੋ ਵੱਡਾ ਵੀਰ ਹੈਪੀ ਜੀ ਉਹਦਾ ਵੀ ਧੰਨਵਾਦ ਹੈ
और नाल दी नाल मैं धन्नवाद कर रहा हां समुची पंचायत पिंड माले जी दा जिन्होंने वड्डा सहयोग दिता और इधरले पासे मित्रा च खड़क पईआं तेरे पिछे कौडिया च नासियां मुंडिया च खड़क पईआं अंक जिहड़ा ताजी दे खाते जुड़दा होया रोड़ी च पूरे पिंड वाला नाउन जिते सुखदेव सिंह सेखो फरीदकोटिया सेवा उते गीता कोड़ कोड़ पिंड दा महान जाफी अज वड्डियां जिम्मेवारियां मैदान दे विच उधरले पासे माले वाला बाबा ते शिंदर सिंह हरदासा पानी दियां जिम्मेवारियां और नाल मेरे लोग गब्बर दा साउंड माले दा ग्राउंड इधरले पासे पैंदी होई गाउडी ते कमाल दा जफा जे लग गया ता कहंदे ने स्वाद आजू दोता पिंड लवली दा लवली ने मेरी जो कोशिश की और कामयाबी जिहड़ी धन्ने पक्षी वाले नूं मिली धन्ना एक बगली दी धरती दा जिहड़ा कहंदे ने वी मोरिंडे दे लागे चंडीगढ़ का एरिया बगली पिंड मशहूर किया महरूम खिडारी पर आ पक्षी वाला जिहड़ा पॉइंट लैके भजदा होया फर्क दे डौले पैन पट्टा विच घुगियां साना वाले शरीर विच ताकतां ने घुजियां अज दे इस कबड्डी दे उत्तम धावी जिहड़ा डिकलेयर होवेगा उत्तम जिहड़ा जाफी डिकलेयर होवेगा मोटरसाइकिल दिते जाणगे मेरे वो टीवीएस कंपनी दे आओ देख लै 2014 दे कबड्डी कपां दे मोटरसाइकलां दी गल चली तां मोटरसाइकिल जिहड़े दिते जाणगे माले कलां दे इहनां मैदानां दे विच चल लाउन इहदा पिंड कहिंदे ने सरदूलगढ़ दे लागे कालियां वाली मंडी है कालिया वाली मंडी की धरती का बड़ा रिकॉर्डी पा रहा है एक पासे मेरे वीरों हरियाणे का मुंडा है सरदूलगढ़ के एरिया की गल चलीए रोड़ी सॉरी कालिया वाली मंडी के कोले रोड़ी पिंड है रोड़ी की धरती का बड़ा रिकॉर्डी पाँदा हुआ मैदान के विच पर अंक जिहड़ा अज पक्षी वाले ने शंटू होरां की टीम है लखे होरां की टीम है धन्ने होरां की टीम है धन्ने होरां की टीम के खाते जुड़ना हुआ एदा पिंड बराड़ का कोट सुखी है ਜਿਵੇਂ ਕਹਿੰਦੇ ਨੇ ਕੋਟ ਸੁੱਕੀ ਦੀ ਧਰਤੀ ਦਾ ਪੁੱਤ ਯਾਰੋ ਸੋ ਜਿਵੇਂ ਕਹਿ ਖੇਡੇਗਾ ਕਬੱਡੀ ਅੱਜ ਲਵੇਗਾ ਮੇਲਾ ਲੁੱਟ ਯਾਰੋ ਕੋਟ ਸੁੱਕੀ ਦੀ ਧਰਤੀ ਦਾ ਵਿਰਾਟ ਪੁੱਤ ਯਾਰੋ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਉਧਰਲੇ ਪਾਸੇ ਮੈਂ ਰਿਣੀ ਰਹਾਂਗਾ ਜਿੰਨੇ ਵੀ ਸਤਿਕਾਰ ਦੇ ਯੋਗ ਵੀਰ ਇਹਨਾਂ ਮੈਦਾਨਾਂ ਦੇ ਵਿੱਚ ਪੁੱਜੇ ਹੋਏ ਨੇ ਸੋ ਸਾਡੇ ਪੁਰਾਣੇ ਪਲੇਅਰ ਜਿਵੇਂ ਪਾਲ ਵਰਗੇ ਮੋੜੀ ਹੋਰੀ ਮੰਦਰ ਜੀ ਵਰਗੇ ਔਰ ਜਿਵੇਂ ਕਹਿੰਦੇ ਨੇ ਸ਼ੰਮੇ ਹੋਰੀ ਸਾਡੀ ਜ਼ਿੰਦਗੀ ਦੇ ਪਿਆਰੇ ਮਿੱਤਰ ਨੇ ਔਰ ਦੀਪੇ ਵੀਰ ਵਰਗੇ ਜਾਂ ਕਹਿੰਦੇ ਨੇ ਕੌਡੀ ਦੇ ਮੈਦਾਨ ਦੇ ਵਿੱਚ ਦੀਪੇ ਹੋਰੀ ਸੋ ਉਹਨਾਂ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਾਂਗਾ ਸੋ ਜਿਹਨਾਂ ਨੇ ਵੱਡੀਆਂ ਸੇਵਾਵਾਂ ਦਿੱਤੀਆਂ ਔਰ ਜਿੱਥੇ ਕਹਿੰਦੇ ਨੇ ਵੱਡੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਨੇ ਕਬੱਡੀ 365.com ਦੇ ਜ਼ਰੀਏ ਅੱਜ ਦੁਨੀਆ ਭਰ ਦੇ ਵਿੱਚ ਇਸ ਖੇਡ ਮੇਲੇ ਦੇ ਚਰਚੇ ਹੋ ਰਹੇ ਨੇ ਕਿਸੇ ਦੇ ਬੁੱਲਾਂ ਦੇ ਉੱਤੇ ਮਾਲੇ ਕਲਾਂ ਦੇ ਨਾਮ ਚੱਲਦਾ ਹੈ ਸੋਚਿਆ ਨੀ ਮਾਲਾ ਵੱਡਾ ਜਾਂ ਛੋਟਾ ਜੀ ਕਹਿੰਦੇ ਨੇ ਵੱਡੇ ਮਾਲੇ ਦੇ ਵਿੱਚ ਕਬੱਡੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੋ ਰਹੀਆਂ ਨੇ ਮਾਲਾ ਕਲਾਂ ਬਾਗੇ ਪੁਰਾਣੇ ਤਹਿਸੀਲ ਦਾ ਮੋਗੇ ਜ਼ਿਲ੍ਹੇ ਦਾ ਸੰਤ ਬਾਬਾ ਹੀਰਾ ਦਾਸ ਜੀ ਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਸੋ ਇਹ ਖੇਡ ਮੇਲਾ ਮਿੱਤਰੋ ਵਾਹ ਉਧਰਲੇ ਪਾਸੇ ਕਹਿੰਦੇ ਨੇ ਸੂਬੇਦਾਰ ਜੋਗਿੰਦਰ ਸਿੰਘ ਜਿਹਨਾਂ ਨੇ ਪਾਕਿਸਤਾਨ ਦੇ ਵਿਰੁੱਧ ਲੋਹਾ ਲੈਂਦੇ ਆ ਕਹਿੰਦੇ ਨੇ ਵੀ ਬਹੁਤ ਹੀ ਸਤਿਕਾਰ ਦੇ ਯੋਗ ਕਹਿੰਦੇ ਨੇ ਬਈ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਪਰਮਵੀਰ ਚੱਕਰ ਵਿਜੇਤਾ ਜਿਹੜੇ 1962 ਦੀ ਜੰਗ ਦੇ ਵਿੱਚ ਜਿਹਨਾਂ ਨੇ ਚੀਨ ਦੇ ਵਿਰੁੱਧ ਲੋਹਾ ਲੈਂਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਔਰ ਆਪਣੇ ਇਸ ਹਿੰਦੁਸਤਾਨ ਦਾ ਨਾਂ ਅਮਰ ਕਰਕੇ ਆਪਣੇ ਪੰਜਾਬ ਦਾ ਨਾਂ ਅਮਰ ਕਰਕੇ ਮਾਲੇ ਕਲਾਂ ਦਾ ਨਾਂ ਅਮਰ ਕਰਕੇ ਅੱਜ ਉਹਨਾਂ ਦੀਆਂ ਕਹਿੰਦੇ ਨੇ ਯਾਦਾਂ ਪਰ ਇਧਰਲੇ ਪਾਸੇ ਬਰਾੜ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਚਲੋ ਨਾ ਉਧਰਲੇ ਪਾਸੇ ਕਹਿੰਦੇ ਨੇ ਵੀ ਇੱਕ ਨੀ ਦੋ ਨੀ ਟੱਚ ਡਬਲ ਮੰਗ ਕਰ ਰਿਹਾ ਪਰ ਸਾਹਮਣੇ ਸੁਖਦੇਵ ਸਿੰਘ ਵੱਡੀਆਂ ਜ਼ਿੰਮੇਵਾਰੀਆਂ ਨੇ ਸੁਣਾਉਣ ਦੇ ਉੱਤੇ ਔਰ ਅੱਜ ਵੱਡੀਆਂ ਜ਼ਿੰਮੇਵਾਰੀਆਂ ਅਦਾ ਕਰਦਾ ਹੋਇਆ ਸੁਖਦੇਵ ਸਿੰਘ ਪੁਆਇੰਟ ਜਿਹੜਾ ਜਾਫੀਆਂ ਦੇ ਖਾਤੇ ਡਿਕਲੇਅਰ ਕਰਦਾ ਹੋਇਆ ਰੰਗ ਭਾਵੇਂ ਸਾਵਲਾ ਕਹਿ ਲਈਏ ਭਾਵੇਂ ਕਾਲਾ ਕਹਿ ਲਈਏ ਪਰ ਜਵਾਨੀ ਦੀ ਦਹਲੀਜ਼ ਤੇ ਕਦਮ ਰੱਖ ਕੇ ਸੁਣਾਉਣ ਨੇ ਲਾਹੇਵੰਦ ਕਬੱਡੀ ਦੀ ਗੱਲ ਕੀਤੀ ਹੈ ਉਧਰ ਮੇਰਾ ਸਾਥੀ ਬੁਲਾਰਾ ਗੱਜਣ ਵਾਲੇ ਦੀ ਧਰਤੀ ਦਾ ਦਿਲਵਾਲ ਸਿੰਘ ਮੇਰੀ ਵੀ ਉਹ ਮਾਇਕ ਤੇ ਕੌਡੀਆਂ ਪਾ ਰਿਹਾ ਸੀ ਕੁਝ ਕੰਮ ਸੋ ਉਸ ਵੀਰ ਦਾ ਵੀ ਵੱਡਾ ਧੰਨਵਾਦ ਹੈ ਤੇ ਨਾਲ ਜਿਵੇਂ ਕਹਿੰਦੇ ਨੇ ਸਾਡੇ ਛੋਟੇ ਵੀਰ ਸੱਦੇ ਵਾਲੀਏ ਗਿੱਲ ਦਾ ਧੰਨਵਾਦ ਹੈ ਗੱਬਰ ਸਾਊਂਡ ਦਾ ਧੰਨਵਾਦ ਹੈ ਔਰ ਧੰਨਵਾਦ ਕਰਾਂਗਾ ਮੈਂ
सरदार बिंदर सिंह औजला, सुखबीर सिंह मुदकी और स्वर्गवासी बलजीत सिंह ढिल्लो, स्वर्गवासी जसविंदर सिंह माला, शमशेर सिंह जी कनेडा, स्वर्गवासी नारायण सिंह संधु और स्वर्गवासी देवा सिंह कामरेड, स्वर्गवासी सूबा सिंह बराड, सरदार सुखदेव सिंह पकड़ यूएसए वाले, गुरमेल सिंह सरपंचोरी, त्रिलोचन सिंह जी बराड़, भजन सिंह जी बराड़, सुखदर्शन सिंह जी बराड़, हरदीप सिंह जी लिवलान, कबड्डी खिलाड़ी लखा लिवलान कबड्डी प्लेयर, उत्ते हाकम सिंह ढिल्लो, वसन सिंह जी कनेडा, मुख्तियार सिंह कनेडा, हरप्रीत आस्ट्रेलिया, गुरदयाल सिंह जी काली, हाकम सिंह चुंग, उत्ते गुरमेल सिंह बराड़, बंत सिंह टुड्डी वाला, सुरजीत सिंह जी बराड़, बसंत सिंह जी बराड़, हाकम सिंह बराड़, ते अंग्रेज सिंह जी बराड़, ये आस्ट्रेलिया वाले ने, सारे वीरां दा वड्डा धन्नवाद है। और इधरले पासे पैंदियां ने अज कबड्डियां लोहे ते लीक वर्गियां, और आ देखांगे लवली ने जानदार जफा मारन की कोशिश की, उपिंदर नूं कहिंदे ने टच होया, पर अंत जिहड़ा दीपा कोड़ करोड़ पिंड दा पॉइंट धावी नूं दिंदा होया। पक्षी कलां फरीदकोट जिले का नगर है, फरीदकोट तो जो फिरोजपुर जाइए रास्ते दे विच पिपली पिंड साढ़े को 7 किलोमीटर की दूरी पर है, और 7 किलोमीटर तो दूर 3.5 किलोमीटर पक्षी कला पक्षी वाला धन्ना पॉइंट लै गया, जितों का नीला वधिया जिहड़े पिंड दे शांटू होरां ने कबड्डी के खेत्र दे विच इहदा नाउ शांटू, इहदा पक्षी कला पिंड है मित्रों। वाह जाबाज जाफी पिंड पक्षी कला का खेडता कबड्डी, क्या बात ने, नहीं रिसा ना उन्ना कमाल दिया कौडिया ते कमाल दे जफे, एदा नाउ शंटू, एदा पक्की कला पिंड। खालसा अगली कबड्डी पावंदा होया, खालसो मेरो रूप है खास, खालसे विच में करूं नवास, सो जिते कहंदे ने साहिबे कमाल साहिब श्री गुरु गोबिंद सिंह जी महाराज की बख्शी जी कीती हुई सिखी, उते अज हिंद की चादर, जिवें इस हिंद की चादर नूं भी मैं शीस चुकावां, नहीं मैं शीस चुकावां उस महान नौवें गुरु सिखां दे, श्री गुरु तेग बहादुर जी ने इंसानियत दे लई जिहड़ियां कहिंदे ने भी शहीदियां दित्तियां इंसानियत दे लई, चांदनी चौक दिल्ली दे विच अज उन्हां दा शहीदी दिहाड़ा बड़े शरदा दे नाल मनाया जा रहा है। उधर मैच की समाप्ति हो चुकी है, पॉइंट अजे कुछ नहीं डिकलेयर किया जाएगा, पॉइंटा का जिहड़ा लेखा जोखा है वह डिकलेयर नहीं किया जाएगा। बगराड़ी ते जंडवाला, बगराड़ी ते जंडवाला दोवे टीमां जिहड़ियां खेड मैदान दे विच पुज जाण, बगराड़ी ते जंडवाला ये टीमां जिहड़ियां पुज जाण, कमेटी एनआरआई वीर ग्राम पंचायत समुचा नगर पिंड माले कलां दा सारिआं दा सी हार्दिक धन्नवाद करदे जिन्हां ने वड्डा सहयोग दित्ता। जंडवाला ते बगराड़ी दीआं टीमां दे दरमियान जो मैच शुरू होण जा रहा है, कहिंदे ने बिगल वज्जिआ कूचदा हुक्म होया, चढ़े सूरमे सिंघ दलेर मियां, निकले पुत सरदारां दे शैल बनके जिवें बेलो निकलदे शेर मियां। तो मैं धन्यवाद करांगा मानयोग सरदार मेजर सिंह जी बराड़ पलूर, प्रधान पंजाब कबड्डी फेडरेशन ऑफ अलबर्टा कनेडा, सरदार जलंधर सिंह जी सिद्धू सकत्तर कबड्डी फेडरेशन ऑफ अलबर्टा, जगराज सिंह जी माला वाइस प्रधान कबड्डी फेडरेशन ऑफ अलबर्टा कनेडा, मिंटू बीला
चेयरमैन हरजीत फ्रेंच कबड्डी क्लब पत्तो हीरा सिंह, सो गुरलाल मानुके करमपाल लंडे के, सो बहुत ही सत्कार दे योग वीर, सो इन सारिया शख्सियतों का वाडा धन्यवाद करांगा। सो उन्हां खेड प्रमोटर का जिहड़े कि खेड कबड्डी नूं सिजदा कर रहे ने, भावें विदेश की गल होवे, भावें विदेश के विच आके कबड्डी के महकमा की गल होवे। और पहली कबड्डी वाड़ा जवाहर सिंह वाला नगर है सनाउजुन का, वाड़े जवाहर सिंह वाले की धरती का चंड वाले का पुत बन के खेलता हुआ, चंडा वाले का पुत बन के अंक जिहड़ा वाड़े जवाहर सिंह वाले की धरती का निका चंड वाले पिंड चंडा वाले के लिए जोड़ता हुआ। बगराड़ी की धरती का धावी कौडी पाने लिए मैदान डेरा डेरे वाले गुरुद्वारा साहब वाली साइड, डेरे वाली साइड जो गल करिए टीम है मित्रों चंड वाले की रचियना पिंड से निका नवा जाफी का चोटी लाए जाफी मेरे लो वटे कट मांडा बबर शेर ते बली पुत। एक पासे कहते ने भी आ रजिया ने पिंड का निका बद के कोशिश करता हुआ, कोशिश में कामयाबी मिली, कामयाबी मेरे भी कहते ने भी छदरा मोर लगन वाली गल है। राजेआणा ते पिंडर, राजेआणा ते पिंडर का पहला मैच, सलीना ते कंडियाल का दूसरा मैच, ये टीमां जिहड़ियां अपने आप नूं तैयार करके जल्दी दे नाल खेड मैदानां दे वल पुज्जियां ने। राजेआणा ते पिंडर समां इन्हां दे कोले है नहीं, उस तों बाद सलीना ते कंडियाल इन्हां टीमां नूं मैं सदे पत्र देवांगा कि जल्दी दे नाल खेड मैदानां दे वल पुज्जियां। पिंडां विचों पिंड सुणी दा बगराड़ी, उत्थों दा इक जीत सुणी दा जिहड़ा कहिंदे ने कबड्डी का सुपर खिलाड़ी खेलना होया कबड्डी इटली जा वसिया ते लाली उन्हां प्रमोटर दा यारी खेड कबड्डी दे विच मेरे वीरो सुपर बन गया। इटली का जीत बगरा पिंड का जीता सी बगराड़ी, पिंड जीता सी बगराड़ी। कौडी दे विच वाड़े जवाहर सिंह वाले की धरती का निका कौडी पाउण दे लई मैदान दे विच वाधा होया। राजेआणा ते पिंडर नूं सद्दे ने मेरे के जल्दी दे नाल खेल मैदान दे विच पुज जान। राजेआणा ते पिंडर उधर समुचा ऑडियंस वर्ग, सो समुचे ओरिजिनेटर वीर पिंड माला कलां दे सारिआं दा हार्दिक धन्नवाद है। शालन आयुन उधरले पासे क्या बातां ने, अटैक कहिंदे ने डबल डबल टच दा इजाफा अंक बगराड़ी दे खाते बगराड़ी दे खेमे। जंडा वाला पिंड है नायुन दा, जंडा वाला पिंड कहिंदे ने भी जदों जट बन्ने ते खड़ा होवे हत्थां नूं फुक ला के जदों कही दे माहे नूं हत्थ पाउंदा तां जंड वाला जरूर याद आउंदा होवेगा, क्योंकि जंड वाले की जिहड़ी कई बार काफी मशहूर है। और जंड वाले का गोरा कबड्डी का पॉइंट लेके भजदा होया वाह बगराड़ी ते जंड वाला। और बगराड़ी कहिंदे ने भी जदों फरीदकोटपुरे तों बठिंडे वल जाइए भगत बाजे खाने तो पहला पिंड आ जाता है उधरले पासे, जे फरीदकोट तो आईए मुदकी नूं तां जंड वाला बिल मेरे वीरो कहिंदे ने चंद बाजे दे लागला पिंड है, चंद बाजे वालियां दे एरिए तो खिलाड़ी तो टच करके एक पॉइंट जिहड़ा बगराड़ी वाला अपनी टीम दे खाते पाउंदा होया। चल नायुना पादली कबड्डी, कबड्डी एक पिंड ओपन दे खिलाड़ी जिन्हें भी इत्थे पुज्जे ने जिन्होंने अज अपने फन का जिहड़ा इजहार करना है इन्हां खेड मैदानां दे विच, उन्हां नूं सदे पत्र ने कि जल्दी तो पहला आपो अपनी टीमां की जिहड़ी एंट्री फीस साडे कोल जमा करवा दिओ ता जो असीं टाइयां पट कढ के नाल दी नाल तुहाडे मैच जिहड़े शुरू करवाउणे आ। और जिहड़े दो जिहड़े मोटरसाइकिल दित्ते जाणे आ उन्हां दे अज किहड़ा किहड़ा भागां वाला बैठ के जाएगा ते समें दे लिहाज दे नाल दसांगे। पर इधर एक ते दो तीन पुराने बजुर्ग कहिंदे गीत सुणदे हुंदे सन कहिंदे नाले चोपड़ियां नाले दो दो, अज कहिंदे ने भी दो दो एक एक जाने नूं भाई वाह उठ के जफा लाउण दी गल कीती। पर पॉइंट जिहड़ा ताजी दे खाते डिकलेयर हो चुके है कौडी पाउण दे लई मैदान दे विच वाधा होया। चंड वाले पिंड दा गोरा क्या बातां ने, नाम जी दा गोरा हे डरदा नहीं भोरा टच मारदा हे डाढे खेड कबड्डी दे वाह शिंगारे होए बाडे, खेड कबड्डी दे शिंगारे होए बाडे भाई वाह। अंक जिहड़ा ताजी दा है बगराड़ी पिंड वाला अगली कबड्डी पाउण दे लई मैदान दे विच। राजेआणा ते पिंडर दोनों टीमां जिहड़ियां खेड मैदान दे विच पुज्जियां ने, राजेआणा ते पिंडर उधरले पासे प्रदीप होरां दा हैप्पी होरां दा जिवें कहिंदे ने वड्डा धन्नवाद है, साडे सेवक वीर होरां दा वड्डा धन्नवाद है। सुखी होरी साडे बहुत ही सतिकार दे जोग कबड्डी 365.com दे जिन्हें भी बछिंदे इस मैदान नूं सहिदा करन दे लई पुज्जे ने सारिआं दा धन्नवाद है, क्योंकि दुनिया जे इत्थे 10,000 दा इकट्ठ है
ਤਾਂ 2 ਲੱਖ ਦਾ ਕੱਟ ਕਬੱਡੀ 365.com ਦੇ ਜ਼ਰੀਏ ਹੁੰਦਾ ਹੈ ਮੇਰੇ ਵੀਰੋ, ਪੂਰੀ ਦੁਨੀਆ ਦੇਖਦੀ ਹੈ ਜਦੋਂ ਇਸ ਕਬੱਡੀ ਦੇ ਮਹਾਂਕੁੰਭਾਂ ਨੂੰ, ਉਦੋਂ ਕਬੱਡੀ 365.com ਦਾ ਵੱਡਾ ਉਪਰਾਲਾ। ਸੋ ਸਦਕੇ ਜਾਈਏ ਇਸ .com ਦੇ ਜਿਹਨੇ ਦੁਨੀਆ ਦੇ ਨਾਲ ਜੋੜ ਦਿੱਤਾ ਇਹੋ ਜਿਹੇ ਕਬੱਡੀ ਪਹਿਲੂ ਮੈਚ ਲੈਵਲ ਦੇ ਮੈਚਾਂ ਨੂੰ। ਚੱਲ ਨਾ ਯੋਨਾ ਪਾਓ ਕਬੱਡੀ, ਪਾਉਂਦਾ ਹੋਇਆ ਕਬੱਡੀ, ਜਿਵੇਂ ਕਹਿੰਦੇ ਨੇ ਖੇਡਣੀ ਹੋਵੇ ਕਬੱਡੀ ਤਾਂ ਦੁੱਧ ਡੇਰੀ ਇਹ ਨੀ ਪਾਈ ਦੇ, ਖੇਡਣੀ ਹੋਵੇ ਕਬੱਡੀ ਤਾਂ ਦੁੱਧ ਡੇਰੀ ਇਹ ਨੀ ਪਾਈ ਦੇ, ਦੋ ਮਾਗ ਵਿੱਚ ਛੱਡਣੇ ਪੈਂਦੇ ਨੇ ਨਿਗਰ ਜਾਈ ਦੇ, ਜੇ ਦਹਾੜ ਵਿੱਚ ਸਹਿਣੀ ਪੈਂਦੀ ਹੈ ਧੁੱਪ ਦੀ ਮਾਰ ਮਿੱਤਰੋ, ਬਾਨਾ ਸੌਖਾ ਨੀ ਕਬੱਡੀ ਦੇ ਸਟਾਰ ਮਿੱਤਰੋ, ਬਾਨਾ ਸੌਖਾ ਨੀ ਕਬੱਡੀ ਦੇ ਸਟਾਰ ਮਿੱਤਰੋ। ਆਹ ਦੇਖ ਲੈ ਨਾਲ ਗੀਤਿਆ ਵੀ ਆਸਾ ਬੁੱਟਰ ਵਾਲੇ ਦੇ ਬੋਲ ਨੇ ਜਿਹੜੇ ਗੀਤਿਆ, ਤੇਰੇ ਕਲੋਲ ਨੇ ਜਿਹੜੇ ਵੱਖਰੇ ਜੇ ਕਲੋਲ ਕਰਦਾ ਹੋਇਆ ਗੀਤਾ ਕੋੜ ਕਰੋੜ ਦਾ ਪੁਆਇੰਟ ਜਾਫੀਆਂ ਦੇ ਖਾਤੇ ਦਿੰਦਾ ਹੋਇਆ। ਲਾਈਨਮੈਨ ਦੀਆਂ ਜ਼ਿੰਮੇਵਾਰੀਆਂ ਜਿਹਨਾਂ ਦੇ ਸਿਰ ਨੇ, ਲਾਈਨਮੈਨ ਜਿਹੜੇ ਗਰਾਊਂਡ ਦੇ ਵਿੱਚ ਆ ਜਾਣ, ਲਾਈਨਮੈਨ। ਸੋ ਕਲੱਬ ਦੇ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਵੀ ਜਿਹਨਾਂ ਨੇ ਲਾਈਨਮੈਨ ਦੀਆਂ ਡਿਊਟੀਆਂ ਨਿਭਾਉਣੀਆਂ ਨੇ, ਅਦਾ ਕਰਨੀਆਂ ਨੇ, ਸੋ ਲਾਈਨਮੈਨ ਹੁਣੇ ਤੋਂ ਜਿਹੜੇ ਮੈਦਾਨ ਦੇ ਵਿੱਚ ਆਪਣੀ ਡਿਊਟੀ ਤੇ ਤੈਨਾਤ ਹੋ ਜਾਣ। ਸੋ ਵੱਡਾ ਧੰਨਵਾਦ ਹੈ। ਕਬੱਡੀ 365.com ਦੇ ਜ਼ਰੀਏ ਸੇਵਕ ਗਿੱਲ ਕੈਨੇਡਾ ਤੇ ਪ੍ਰਗਟ ਗਿੱਲ ਕੈਨੇਡਾ ਕਬੱਡੀ 365.com ਦੇ ਨਾਲ ਜੁੜੇ ਬੈਠੇ ਨੇ। ਮਾਹਲੇ ਪਿੰਡ ਦੇ ਨੇ ਮੁਬਾਰਕਾਂ ਭੇਜ ਰਹੇ ਨੇ ਸਮੁੱਚੇ ਨਗਰ ਨੂੰ, ਸਮੁੱਚੇ ਕਲੱਬ ਨੂੰ, ਸਮੁੱਚੀ ਪੰਚਾਇਤ ਨੂੰ ਕਿ ਜਿਹਨਾਂ ਨੇ ਇਹੋ ਜਿਹਾ ਵਧੀਆ ਕਬੱਡੀ ਦਾ ਕੱਪ ਕਰਵਾ ਦਿੱਤਾ। ਚੱਲ ਨਾ ਯੋਨਾ ਤਾਂ ਕਬੱਡੀ। ਸੋ ਸਾਡਾ ਪਿਆਰਾ ਵੀਰ ਗੱਬਰ ਸਾਊਂਡ ਸਰਵਿਸ ਚਾਲਣ ਆ ਜਾਂਦਾ ਪਾ ਕਬੱਡੀ। ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਅਸੀਂ ਗੱਭਰੂ ਚੋਟੀ ਦੇ ਸਾਡੇ ਚਰਚੇ ਵਿੱਚ ਜਹਾਨ, ਸਾਡੇ ਸ਼ੌਕ ਕਬੱਡੀ ਖੇਡਣੇ ਅਸੀਂ ਸੋਹ ਦੇ ਵਿੱਚ ਮੈਦਾਨ, ਸਾਡੇ ਸ਼ੌਕ ਕਬੱਡੀ ਖੇਡਣੇ ਅਸੀਂ ਸੋਹ ਦੇ ਵਿੱਚ ਮੈਦਾਨ। ਕੌਡੀ ਪਾ ਕੇ ਵਾਪਸ ਅੰਕ ਬਗਰਾੜੀ ਪਿੰਡ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਗੋੜਾ ਜੰਡ ਵਾਲੇ ਪਿੰਡ ਦਾ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ। ਮਾਨਮਤੀ ਗੱਲ ਹੈ ਕਿ ਦੋਨੋਂ ਜ਼ਿਲ੍ਹੇ ਫਰੀਦਕੋਟ ਦੀਆਂ ਟੀਮਾਂ ਨੇ ਅੱਜ ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਮੋਗਾ, ਉੱਥੋਂ ਦਾ ਇੱਕ ਸਾਧ ਸੁਣੀਦਾ ਘਰ ਘਰ ਜੀ ਦੀ ਸੋਭਾ ਮੋਗੇ ਜ਼ਿਲ੍ਹੇ ਦੇ ਮਾਹਲੇ ਕਲਾਂ ਪਿੰਡ ਦੇ ਵਿੱਚ, ਯਾਨੀ ਵੱਡੇ ਮਾਹਲੇ ਦੇ ਧਰਤ ਦੇ ਵਿੱਚ ਅੱਜ ਕਬੱਡੀ ਦੇ ਮਹਾਂਕੁੰਭ ਔਰ ਮਹਾਂਕੁੰਭ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੀਆਂ 2 ਟੀਮਾਂ ਪਿੰਡ ਦੀਆਂ ਹੋਈਆਂ। ਬਾਈ ਵਾਹ, ਅੰਕ ਕੀ ਦਾ ਅੰਕ ਸਮੇਂ ਦੇ ਲਿਹਾਜ਼ ਦੇ ਨਾਲ ਅੰਕ ਮੇਰੇ ਵੀਰੋ ਕੋਮਨ ਹੋ ਚੁੱਕਿਆ ਹੈ। ਗੋਰੇ ਨੇ ਚਲਾਕੀ ਕੀਤੀ, ਇਹਦੀਆਂ ਚਟਾਈਆਂ ਚੱਲੀਆਂ ਕਿ ਬਾਹਰ ਕੱਢ ਕੇ ਲੈ ਗਿਆ, ਕਿਉਂਕਿ ਪੁਆਇੰਟ ਜੇ ਦਿੱਤਾ ਨਹੀਂ ਤਾਂ ਲੈਣ ਵੀ ਨਹੀਂ ਦਿੱਤਾ। ਵਾਹ, ਅੰਕ ਜਿਹੜਾ ਕਿਸੇ ਦੇ ਖਾਤੇ ਨਹੀਂ ਜੁੜਿਆ, ਇਹ ਕੋਮਨ। ਸੁਖਦੇਵ ਸਿੰਘ ਸੇਕੋ ਫਰੀਦਕੋਟੀਆ ਕਹਿੰਦਾ ਵੀ ਪੁਆਇੰਟ ਜਿਹੜਾ ਕੋਮਨ। ਫਿਰੋਜ਼ਪੁਰ ਜ਼ਿਲ੍ਹਾ ਗੀਤਿਆ ਕਹਿੰਦੇ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਕੋੜ ਕਰੋੜ ਪਿੰਡ ਦਾ ਗੀਤਾ ਅੱਜ ਵੱਡੀਆਂ ਜ਼ਿੰਮੇਵਾਰੀਆਂ। 2004 ਦੀਆਂ ਇੰਡੋ ਪਾਕ ਖੇਡਾਂ ਦੀ ਗੱਲ ਕਰੀਏ ਤਾਂ ਇਹਨੂੰ 1 ਲੱਖ ਰੁਪਏ ਦੇ ਨਾਲ ਵੱਡੇ ਮਾਨ ਸਨਮਾਨ ਦਿੱਤੇ ਗਏ, ਪਰ ਅੱਜ ਵੱਡੀਆਂ ਜ਼ਿੰਮੇਵਾਰੀਆਂ ਅਫੀਸ਼ੀਅਲ ਭੂਮਿਕਾ। ਉਧਰ ਜੰਡ ਵਾਲਾ ਪਿੰਡ ਤੇ ਗੱਗੀ ਨਾਮ ਹੈ, ਖੇਡ ਕਬੱਡੀ ਵਿੱਚ ਵੱਖਰੀ ਜੀ ਥਾਮ ਹੈ। ਗੁੱਟ ਫੜ ਕੇ ਕੈਂਚੀ ਲਾ ਕੇ ਪੁਆਇੰਟ ਆਪਣੇ ਵੱਲ ਇਹ ਪਾ ਕੇ ਨੱਚਦਾ ਹੀ ਆਉਂਦਾ ਹੈ ਜੰਡ ਵਾਲੇ ਦਾ ਗੱਗੂ ਯਾਰੋ ਢੋਲੇ ਦੀਆਂ ਲਾਉਂਦਾ ਹੈ, ਜੰਡ ਵਾਲੇ ਦਾ ਗੱਗੀ ਯਾਰੋ ਢੋਲੇ ਦੀਆਂ ਲਾਉਂਦਾ ਹੈ। ਕਬੱਡੀ ਦੇ ਮੈਦਾਨ ਦੇ ਵਿੱਚ ਗੱਗੀ ਦਾ ਅੰਕ, ਉਧਰ ਵਾੜਾ ਜਵਾਨ ਸਿੰਘ ਵਾਲਾ ਨਗਰ ਮੇਰੇ ਵੀਰੋ ਇਸ ਨਾਲ ਜਾਂਦਾ ਔਰ ਨਿੱਕਾ ਨਾਉ ਹੈ, ਨਾਉ ਨਿੱਕਾ ਗੁਣ ਵੱਡੇ। ਕਹਿੰਦੇ ਨੇ ਗੁਣਾਂ ਦੇ ਨਾਲ ਆਪਣੀ ਕਰਜ਼ ਵਿੱਦਿਆ ਸਿਖਾਉਂਦਾ ਉਧਰ ਕੁਵੈਤੀਆ ਰਾਜਾ, ਰਾਜਾ ਕੁਵੈਤੀਆ ਕਹਿ ਲਈਏ। ਕਬੱਡੀ ਦੇ ਮੈਦਾਨ ਦੇ ਵਿੱਚ ਫੜਨ ਦੀ ਗੱਲ ਕਰਦੀ ਕਹਿ ਲਈਏ, ਅੰਕ ਕੀ ਦਾ ਅੰਕ ਜਿਹੜਾ ਜਾਫੀਆਂ ਦਾ, ਕਿਉਂਕਿ ਪੈਰ ਜਿਹੜਾ ਬਾਹਰ ਹੋ ਚੁੱਕਿਆ ਸੀ, ਅੰਕ ਜਾਫੀਆਂ ਦੇ ਖਾਤੇ ਹੈ। ਲਾਈਨਮੈਨ ਮੈਦਾਨਾਂ ਦੇ ਵਿੱਚ ਆ ਜਾਣ। ਸੋ ਕੋਈ ਗੱਲ ਨਹੀਂ, ਸੁਖਦੇਵ ਸਿੰਘ ਜੀ ਕਹਿੰਦੇ ਨੇ ਵੀ ਕੋਈ ਗੱਲ ਨਹੀਂ, ਸਮਾਂ ਜਿਹੜਾ ਸ਼ਾਮ ਤੱਕ ਲੋੜਾਂ ਪੈਣਗੀਆਂ ਸਾਨੂੰ, ਕਿਉਂਕਿ ਸੁਲਝੋ ਅਫੀਸ਼ੀਅਲ ਨੇ। ਬਾਈ ਵਾਹ, ਇਹਨੂੰ ਕਹਿੰਦੇ ਆ ਜਵਾਨੀ, ਕਿ ਜਵਾਨੀ ਵਾਲੀ ਬਤਲੀ ਬਾਬੂ ਗੱਜਦੀ ਸੀ ਜਾਲਮਾਂ ਤਿੱਖੀਆਂ ਸੂਲਾਂ ਦੇ ਉੱਤੇ ਭੱਜਦੀ ਸੀ ਬਾਲਮਾਂ, ਇਹ ਜਵਾਨੀ ਹੈ। ਜਵਾਨੀ ਦੀ ਦਲੀ ਤੇ ਕਦਮ ਰੱਖਦਾ ਹੋਇਆ ਰੱਜੀਆਂ ਨੇ ਪਿੰਡ ਦਾ ਨਿੱਕਾ ਨਿੱਕੇ ਨੇ ਸ਼ਾਨਦਾਰ ਜੱਫਾ ਲਾ ਦਿੱਤਾ। ਰਾਜਿਆਣਾ ਆ ਗਿਆ ਜੀ ਵੇਟਿੰਗ ਰੂਮ ਦੇ ਵਿੱਚ, ਰਾਜਿਆਣਾ ਰਾਜਿਆਣਾ ਤੇ ਪਿੰਡਰ, ਰਾਜਿਆਣਾ ਤੇ ਪਿੰਡਰ ਦੀਆਂ ਟੀਮਾਂ ਦੇ ਦਰਮਿਆਨ ਜੋ ਮੈਚ ਖੇਡਿਆ ਜਾਵੇਗਾ ਅਗਲਾ, ਉਹ ਦੋਵੇਂ ਟੀਮਾਂ
ਖੇਡ ਮੈਦਾਨ ਦੇ ਵਿੱਚ ਪੁੱਜੀਆਂ ਨਾ ਰਾਜਿਆਣਾ ਤੇ ਪਿੰਡਰ ਦੋਵੇਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪੁੱਜੀਆਂ ਨਾ ਰਾਜਿਆਣਾ ਤੇ ਪਿੰਡਰ ਸੋ ਧੰਨਵਾਦ ਹੈ ਉਧਰਲੇ ਪਾਸੇ ਕਾਉਡੀ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਕਹਿੰਦੇ ਨੇ ਵੀ ਆਹ ਨਾਇਣ ਕੋਸ਼ਿਸ਼ ਕਰਦਾ ਸੀ ਪਰ ਅੰਕ ਜਿਹੜਾ ਧਾਵੀ ਦੇ ਖਾਤੇ ਅੰਕ ਗੋਰੇ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਅੱਜ ਮਾਹਲੇ ਨਗਰ ਦੇ ਹਰ ਇੱਕ ਬਠਿੰਡਿਆਂ ਦੇ ਉੱਤੇ ਕਿ ਆ ਰੰਗ ਦੇਖਣ ਨੂੰ ਮਿਲਦੇ ਨੇ ਆ ਰੌਣਕਾਂ ਦੇਖਣ ਨੂੰ ਮਿਲਦੀਆਂ ਨੇ ਕਾਉਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਤੇ ਸੁਪਰ ਖਿਡਾਰੀ ਇੱਕ ਅੰਕ ਜਾਫੀ ਦਾ ਇਹ ਅੰਕ ਜੰਡਾ ਵਾਲੇ ਪਿੰਡ ਦਾ ਨਿੱਕਾ ਵਾੜੇ ਜਵਾਹਰ ਸਿੰਘ ਵਾਲੇ ਦੀ ਧਰਤੀ ਦਾ ਅੱਜ ਕਹਿੰਦੇ ਨੇ ਵੀ ਮੈਂ ਨਸ਼ੀਲੇ ਤੇਰੇ ਮੁੰਡਿਆਂ ਨੀਕਰ ਫਾਂਟਾ ਵਾਲੀ ਸੋ ਫਾਂਟਾ ਵਾਲੀ ਨੀਕਰ ਪਾ ਕੌਡੀ ਦੇ ਮੈਦਾਨ ਦੇ ਵਿੱਚ ਗੂੰਜਦਾ ਹੋਇਆ ਨਿੱਕਾ ਇਹ ਸਕੋਰ ਦੱਸ ਰਹੇ ਨੇ ਵਾਡੇ ਵੀਰ ਇਸ ਮੈਚ ਦੇ ਵਿੱਚੋਂ ਜਿਹੜੇ ਬਗਰਾੜੀ ਦੇ ਨੇ 9 ਪੁਆਇੰਟ ਤੇ 15.5 ਪੁਆਇੰਟ ਜੰਡਵਾਲਾ ਦੇ ਨੇ 9 ਦੇ ਮੁਕਾਬਲੇ 15.5 ਯਾਨੀ ਕਿ 6.5 ਪੁਆਇੰਟਾਂ ਦੇ ਫਰਕ ਦੇ ਨਾਲ ਬਗਰਾੜੀ ਇਸ ਮੈਚ ਦੇ ਵਿੱਚੋਂ ਹਾਰ ਗਈ ਹੈ ਜੇਤੂ ਰਿਹਾ ਜੰਡਵਾਲਾ ਜੰਡਵਾਲਾ ਜੇਤੂ ਹੈ ਨਾ ਤਾਂ ਰਾਜਿਆਣਾ ਪੁੱਜਿਆ ਤੇ ਨਾ ਹੀ ਭਿੰਡਰ ਦੇ ਖਿਡਾਰੀ ਪਹੁੰਚੇ ਨੇ ਰਾਜਿਆਣਾ ਜੀ ਰਾਜਿਆਣੇ ਦੀ ਗੱਲ ਕਰੀਏ ਰਾਜਿਆਣੇ ਦੀ ਧਰਤੀ ਦੀ ਸੋ ਜਿੱਥੇ ਕਹਿੰਦੇ ਨੇ ਦਰਸ਼ਕ ਵੀਰ ਸਟੇਡੀਅਮ ਨੂੰ ਜਦੋਂ ਐਂਟਰ ਹੁੰਦੇ ਨੇ ਉਹਨਾਂ ਨੂੰ ਕੁਝ ਤਕਲੀਫ ਆਉਂਦੀ ਹੈ ਉਹ ਤਕਲੀਫ ਕਾਹਦੀ ਹੈ ਸਕਿਉਰਿਟੀ ਵਾਲੇ ਵੀਰਾਂ ਨੇ ਮੈਨੂੰ ਹੁਣੇ ਦੱਸਿਆ ਕਿ ਮੋਟਰਸਾਈਕਲ ਤੇ ਸਕੂਟਰ ਗੇਟ ਦੇ ਮੂਹਰਲੇ ਪਾਸੇ ਖੜੇ ਨੇ ਉਹਨਾਂ ਨੂੰ ਬੇਨਤੀ ਕਰਦੇ ਹੱਥ ਬੰਨ੍ਹ ਕੇ ਕਿ ਵੀਰੋ ਮੋਟਰਸਾਈਕਲ ਤੇ ਸਕੂਟਰ ਜਿਹੜੇ ਗੇਟ ਦੇ ਸਾਹਮਣੇ ਲੱਗੇ ਹੋਏ ਹਨ ਉਹਨਾਂ ਨੂੰ ਸਾਈਡ ਤੇ ਕਰ ਲਓ ਕਿਉਂਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਨਗਰ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਹੋਵੇਗਾ ਸਕਿਉਰਿਟੀ ਦੇ ਵੱਲੋਂ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਮਾਨਯੋਗ ਸਰਦਾਰ ਬਿੰਦਰ ਸਿੰਘ ਜੀ ਔਜਲਾ ਸੋ ਜਿਨ੍ਹਾਂ ਨੇ ਇਸ ਖੇਡ ਮੇਲੇ ਦੇ ਲਈ 61,000 ਰੁਪਏ ਦੀ ਵੱਡੀ ਇਨਾਮੀ ਰਾਸ਼ੀ ਅਦਾ ਕੀਤੀ ਹੈ ਉਹਨਾਂ ਨੇ ਯੋਗਦਾਨ ਪਾਇਆ ਸੋ ਜਿਵੇਂ ਕਹਿੰਦੇ ਨੇ ਸਮੁੱਚੇ ਕਲੱਬ ਦੇ ਵੱਲੋਂ ਸਮੁੱਚੇ ਨਗਰ ਦੇ ਵੱਲੋਂ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਰਿਆਂ ਦਾ ਧੰਨਵਾਦ ਹੈ ਉਧਰਲੇ ਪਾਸੇ ਕਬੱਡੀ ਵਾਈਫਾਈ ਵਾਲਾ ਸੋ ਕਬੱਡੀ ਦਾ ਇੱਕ ਪੇਜ ਹੈ ਕਬੱਡੀ ਵਾਈਫਾਈ ਹੋ ਗਿਆ ਜਾਂ ਕਬੱਡੀ ਮੇਰੀ ਜਿੰਦ ਜਾਨ ਜਾਂ ਚੱਕ ਦਿਆਂਗੇ ਫਟੇ ਇਹੋ ਜਿਹੇ ਪੇਜ ਨੇ ਔਰ ਜਿਹੜੇ ਦੁਨੀਆਂ ਭਰ ਦੇ ਵਿੱਚ ਖੇਡ ਮੇਲਿਆਂ ਨੂੰ ਚਰਚਲਿਤ ਕਰ ਰਹੇ ਨੇ ਕੌਡੀ ਦੇ ਟੂਰਨਾਮੈਂਟ ਜਿਵੇਂ ਕਹਿੰਦੇ ਨੇ ਵੀ ਚੱਲ ਰਹੇ ਨੇ ਉਹਨਾਂ ਨੂੰ ਦੁਨੀਆਂ ਭਰ ਦੇ ਵਿੱਚ ਸੋ ਦੇਖਣ ਵਾਲੇ ਨੇ ਕਬੱਡੀ 365.com ਦੇ ਜ਼ਰੀਏ ਦੇਖ ਲੈਣਾ ਔਰ ਜੇ ਸੁਣਨ ਵਾਲੇ ਨੇ ਜਾਂ ਪੜ੍ਹਨ ਵਾਲੇ ਨੇ ਜਿਨ੍ਹਾਂ ਨੇ ਜਿਵੇਂ ਕਹਿੰਦੇ ਨੇ ਰਿਕਾਰਡ ਰੱਖਣੇ ਨੇ ਉਹਨਾਂ ਨੇ ਕਬੱਡੀ ਵਾਈਫਾਈ ਦੇ ਜ਼ਰੀਏ ਹੈਪੀ ਮਾਣੂਕਿਆਂ ਵਾਲਾ ਛੋਟਾ ਵੀਰ ਹੈ ਮੇਰਾ ਇੱਥੇ ਪੁੱਜਿਆ ਹੋਇਆ ਜਿਹੜੀ ਪੂਰੀ ਗਤੀਵਿਧੀ ਇਸ ਖੇਡ ਮੇਲੇ ਦੀ ਨਾਲ ਦੀ ਨਾਲ ਜਿਵੇਂ ਕਹਿੰਦੇ ਨੇ ਫੇਸਬੁੱਕ ਦੇ ਉੱਤੇ ਅਪਲੋਡ ਕਰ ਰਿਹਾ ਉਸ ਵੀਰ ਦਾ ਵੀ ਵੱਡਾ ਧੰਨਵਾਦ ਹੈ ਹੈਪੀ ਮਾਣੂਕੇ ਕਬੱਡੀ ਵਾਈਫਾਈ ਪੇਜ ਵਾਲਾ ਚੱਲ ਲਾਈਏ ਨਾ ਪਾ ਅਗਲੀ ਕਬੱਡੀ ਸੋ ਜਿਵੇਂ ਕਹਿੰਦੇ ਨੇ ਤੇ ਦਿਖਾ ਦੇ ਨਾ ਦਰਸ਼ਕਾਂ ਨੂੰ ਕਿ ਤੁਹਾਡੇ ਵਿੱਚ ਕਿੰਨਾ ਕੁ ਦਮ ਹੈ ਰਾਜਿਆਣਾ ਪਿੰਡ ਰਾਜਿਆਣੇ ਦੀ ਗੱਲ ਕਰੀਏ ਤਾਂ ਰਾਜਿਆਣਾ ਬਾਬਾ ਗੁਰਦਿਆਲ ਸਿੰਘ ਪਿੰਡ ਲੱਖੇ ਆਪਾਂ ਸਾਨੂੰ ਦੱਸੇ ਆਣਗੇ ਕਿਵੇਂ ਹੋਇਆ ਫੈਸਲਾ ਮੈਚ ਦਾ ਵਲੰਟੀਅਰਾਂ ਦੀ ਜਿਹਦੀ ਡਿਊਟੀ ਹੈ ਉਹ ਸਟੇਜ ਤੇ ਚਾਹ ਜਿਹੜੀ ਪੁੱਜਦੀ ਕਰਦੇ ਨੇ ਚਾਹ ਵਾਲੇ ਕੁੱਕ ਡੋਲਾ ਚੁੱਕ ਦੇ ਗਰਾਊਂਡ 'ਚ ਠੁੱਕ ਸੋ ਜਿਵੇਂ ਕਹਿੰਦੇ ਨੇ ਵਲੰਟੀਅਰ ਆਪਣੀ ਭੂਮਿਕਾ ਦਾ ਕਰਨ ਸੋ ਧੰਨਵਾਦ ਹੈ ਉਧਰਲੇ ਪਾਸੇ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖਦੇ ਕਬੱਡੀ ਖੇਡੀ ਜਾਂਦੀ ਆ ਪੂਰਾ ਲਾ ਕੇ ਤਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਰਾਜਿਆਣੇ ਦੀ ਗੱਲ ਕਰੀਏ ਤਾਂ ਰਾਜਿਆਣੇ ਦੀ ਧਰਤੀ ਦੇ ਵਿੱਚ ਚੇਚਕ ਲੱਗੀ ਸੀ ਬਾਬੇ ਗੁਰਦਿਆਲ ਸਿੰਘ ਬਿੱਲੂ ਤੋਂ ਜਿਨ੍ਹਾਂ ਨੇ ਉਹਨਾਂ ਸਮਿਆਂ ਦੇ ਵਿੱਚ ਕਿਰਪਾਲ ਸਾਹਿਬ ਦੇ ਨਾਲ ਮਿਲ ਕੇ ਕਬੱਡੀ ਦੀ ਇਹੋ ਜਿਹੀ ਗਤੀਵਿਧੀ ਕੀਤੀ ਕਿ ਦੁਨੀਆਂ ਨੂੰ ਯਾਦ ਕਰਦੀ ਹੈ ਕਬੱਡੀ ਦਾ ਬਾਬਾ ਬੋਰਡ ਮੋਗੇ ਜ਼ਿਲ੍ਹੇ ਦੇ ਰਾਜਿਆਣੇ ਪਿੰਡ ਦਾ ਬਾਬਾ ਗੁਰਦਿਆਲ ਸਿੰਘ ਬਿੱਲੂ ਉਸ ਤੋਂ ਬਾਅਦ ਕੁਲਦੀਪ ਪੰਡਿਤ ਵਰਗੇ ਔਰ ਉਸ ਤੋਂ ਬਾਅਦ ਮਾਨ ਵਰਗੇ ਸੋ ਬਾਅਦ ਵਿੱਚ ਪਾਲ ਹੋਰੀ ਜਾਂ ਨਿੱਕੇ ਵਰਗੇ ਜੰਡੀ ਵਾਲੇ ਹੋਰੀ
ਅੱਜਕੱਲ ਸੁੱਖੇ ਵਰਗੇ ਰਾਜਿਆਂ ਦੀ ਧਰਤੀ ਦੇ ਵੱਲੋਂ ਖੇਡਦੇ ਨਜ਼ਰ ਹੀ ਆ ਜਾਂਦੇ ਨੇ। ਔਰ ਦੂਸਰੇ ਪਾਸੇ ਪਿੰਨਰ ਸੋ ਪਿੰਡਰਾਂ ਵਾਲੇ ਬੰਤੇ ਵਰਗੇ, ਸੋ ਜਿਵੇਂ ਕਹਿੰਦੇ ਨੇ ਉਸ ਸਮੇਂ ਦੇ ਅਨਾਊਂਸਰਾਂ ਨੇ ਸਾਢੇ 15-16 ਨੇ ਉਸ ਸਮੇਂ ਦੇ ਜਿਵੇਂ ਕਹਿੰਦੇ ਨੇ ਵੀ ਤਨੰਤਰ ਧਾਰੀ ਬੰਤੇ ਪਿੰਡਰ ਵਰਗੇ ਕਹਿੰਦੇ ਨੇ, ਜਿਹਨਾਂ ਦੇ ਵਿੱਚ ਉਸ ਸਮੇਂ ਦੇ ਅਨਾਊਂਸਰ ਨੇ ਕਿਹਾ ਸੀ ਵੀ ਬੰਤਾ ਪਿੰਡਰ ਦੇ ਵਿੱਚ ਸ਼ੇਰ ਜਿੰਨੀ ਜਾਣ ਹੈ। ਵਾਕਈ ਕਹਿੰਦੇ ਨੇ ਕਦੇ ਹਰਜੀਤ ਬਰਾੜ ਬਾਜੇ ਖਾਨੇ ਵਾਲਾ ਪੁੱਛਦਾ ਹੁੰਦਾ ਸੀ ਕਿ ਮੈਂ ਬਾਜੇ ਬੰਤਾ ਪਿੰਡਰ ਬਣ ਜਾਵਾਂਗਾ। ਅੱਜ ਪਿੰਡਰਾਂ ਦੇ ਖਿਡਾਰੀ ਜਿਹੜੇ ਚਲੇ ਗਏ ਨੇ ਵਾਟਰਬਕਸ ਦੀ ਟੈਂਕੀ ਵਾਲੀ ਸਾਈਡ, ਡੇਰਾ ਸਾਹਿਬ ਵਾਲੀ ਸਾਈਡ, ਜਿਹੜੀ ਟੀਮ ਰਾਜਿਆਣੇ ਦੀ ਪਹਿਲੀ ਕਬੱਡੀ, ਰਾਜਿਆਣੇ ਪਿੰਡ ਦਾ ਸੁੱਖਾ ਟੇਕਿਆ, ਮੁੰਡੇ ਨੇ ਹੱਥ ਜੋੜੇ, ਲੱਗਿਆ ਰੱਬ ਨੂੰ ਧੋਣ ਲੁਕੋ, ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ, ਢਾਵੀ ਚੱਲਿਆ ਕੌਡੀਆਂ ਪਾਉਣ ਲੁਕੋ, ਢਾਵੀ ਚੱਲਿਆ ਕੌਡੀਆਂ ਪਾਉਣ ਲੁਕੋ। ਕੌਡੀ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਪਿੰਡਰ ਕਬੱਡੀ ਦੀ ਕਹਿੰਦੇ ਨੇ ਨਰਸਰੀ ਮੰਨਿਆ ਜਾਂਦਾ, ਜਿਸ ਕਹਿੰਦੇ ਨੇ ਏਰੀਏ ਨੂੰ ਪੱਖੀ ਕਲਾਂ ਦੀ ਜਿਹੜੀ ਟੀਮ ਹੈ ਸਟੇਜ ਦੇ ਪਿਛਲੇ ਪਾਸੇ ਜਿਹੜੀ ਸੰਪਰਕ ਦੇ ਵਿੱਚ ਆ ਜਾਵੇ, ਪੱਖੀ ਕਲਾਂ ਦੀ ਟੀਮ ਜਿਹੜੀ ਸਟੇਜ ਦੇ ਪਿਛਲੇ ਪਾਸੇ ਕਮੇਟੀ ਦੇ ਨਾਲ ਸੰਪਰਕ ਦੇ ਵਿੱਚ ਆ ਜਾਵੇ, ਵੱਡਾ ਧੰਨਵਾਦ ਹੈ। ਉਧਰਲੇ ਪਾਸੇ ਹਰਜੋਤ, ਇੱਕ ਮੌਲੀ ਵੈਦਵਾਨ ਦੀ ਧਰਤੀ ਦਾ ਹਰਜੋਤ ਗੱਬਰ, ਇੱਕ ਆਹ ਨੌਜਵਾਨ ਪਿੰਡਰਾਂ ਵਾਲਾ, ਜਿਸ ਪਿੰਡ ਦੇ ਬੰਤਿਓਰੀ, ਜਿਸ ਪਿੰਡ ਦੇ ਜੱਗਾ ਤੇ ਪੀਰਾ ਜੌੜੇ, ਜਿਹੜੇ ਪਿੰਡ ਦਾ ਦੁੱਕੀ, ਉਹ ਜਿਹੜੇ ਪਿੰਡ ਦਾ ਕਰਨੈਲ ਸਿੰਘ ਕਹਿਲਾ, ਜਿਹੜੇ ਪਿੰਡ ਦਾ ਬਿੱਲਾ ਪਿੰਡਰ, ਜਿਸ ਪਿੰਡ ਦੇ ਸ਼ੀਰੇ ਦੀਆਂ ਗੱਲਾਂ ਜਗ ਜਹਾਨ ਨੇ ਕੀਤੀਆਂ, ਜਿਹੜੇ ਪਿੰਡ ਦਾ ਵਿਜੇਦੀਪ ਪਿੰਡਰ ਭਾਵੇਂ ਅਮਰੀਕਾ ਦੇ ਵਿੱਚ ਹੈ ਕਿ ਪਿੰਡਰਾਂ ਦਾ ਵਿਜੇ ਪਤਲਾ ਸਰੀਰ ਦਾ ਗੋਲੀ ਵਾਂਗੂ ਜਾਂਦਾ ਸੀ ਹਵਾ ਨੂੰ ਚੀਰਦਾ, ਉਸੇ ਪਿੰਡ ਦੇ ਖਿਡਾਰੀ ਅੱਜ ਜਫਾ ਲਾਉਣ ਦੀ ਗੱਲ, ਪਰ ਰਾਜਿਆਣਾ ਪਿੰਡ ਦੇ ਖਿਡਾਰੀ ਜਿਵੇਂ ਕਹਿੰਦੇ ਨੇ ਪੂਰੀ ਤਨਦੇਹੀ ਦੇ ਨਾਲ, ਕੀਤੀਆਂ ਹੋਈਆਂ ਮਿਹਨਤਾਂ ਦੇ ਨਾਲ, ਮੁਸ਼ਕਤਾਂ ਦੇ ਨਾਲ ਆਪਣੀ ਕਾਬਲੀਅਤ ਦੀ ਗੱਲ ਕਰਵਾਉਂਦੇ ਹੋਏ ਰਾਜਿਆਣਾ ਦਾ ਖਿਡਾਰੀ ਇੱਕ ਅੰਕ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ। ਨਹੀਂ ਨੀ ਸਾਂ ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਕੋ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ, ਮੀਟੀਆਂ ਖਿਲਾਰੀ ਵੱਟੀ ਬੁੱਲੇ ਦੀ ਕਾਫੀਏ, ਨਿੱਕੀ ਨੇ ਤੇਰਾ ਖੋਲਿਆ ਸ਼ਿੰਗਾਰ, ਨਿੱਕੀ ਨੇ ਤੇਰਾ ਖੋਲਿਆ ਸ਼ਿੰਗਾਰ। ਅਗਲਾ ਜਿਹੜਾ ਮੈਚ ਸਲੀਨਾ ਤੇ ਕੰਡਿਆਲ ਦਾ ਹੈ, ਸਲੀਨਾ ਤੇ ਕੰਡਿਆਲ ਦੀਆਂ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜੀਆਂ ਹਨ। ਸਲੀਨਾ ਤੇ ਕੰਡਿਆਲ ਦੀਆਂ ਟੀਮਾਂ ਜਿਹੜੀਆਂ ਮੈਦਾਨ ਦੇ ਵਿੱਚ ਪਹੁੰਚ ਜਾਣ। ਸੋ ਅਸੀਂ ਗੁਸਤਾਖੀ ਚਾਹਾਂਗੇ, ਸੋ ਅਸੀਂ ਪੁਰਾਣੇ ਪਲੇਅਰਾਂ ਦੇ ਵਿੱਚੋਂ ਨਾਂ ਲੈਣਾ ਮਿਸਟੇਕ ਹੋ ਗਿਆ ਸੀ ਜਸਵਿੰਦਰ ਦੇ ਬੁੱਲਾਂ ਦੇ ਵਿੱਚੋਂ, ਸਰਦਾਰ ਹਰਦੀਪ ਸਿੰਘ ਜੀ ਬਰਾੜ, ਸਰਦਾਰ ਹਾਕਮ ਸਿੰਘ ਜੀ ਢਿੱਲੋਂ, ਇਹ ਪੁਰਾਣੇ ਪਲੇਅਰ ਨੇ ਮਾਲੇ ਦੀ ਧਰਤ ਦੇ, ਧਰਤ ਮਾਲਵੇ ਦੀ ਮਹਿਕਾ ਦੀ ਰਾਣੀ ਏ, ਇੱਥੇ ਕਿਤੇ ਭੰਗੜੇ ਦੀ ਯਾਰੋ ਰੀਤ ਪੁਰਾਣੀ ਏ। ਉਧਰਲੇ ਪਾਸੇ ਸੋ ਮਨੀ ਡਾਲੇ ਪਿੰਡ ਦੀ ਧਰਤੀ ਦਾ ਸਾਡਾ ਛੋਟਾ ਵੀਰ ਬੰਟੀ, ਮਨੀ ਨੀ ਸੋਰੀ ਬੰਟੀ, ਮੇਜਰ ਸੋਹਣ ਦਾ ਪੁੱਤਰ ਕਹਿ ਲਈਏ, ਤੇ ਨਾਲ ਉਧਰਲੇ ਪਾਸੇ ਬਿੱਲਾ ਲਿਆਕਤ ਅਲੀ, ਇਹ ਮੇਰੇ ਵੀਰੋ ਗਾਲਬ ਦੀ ਧਰਤੀ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ, ਦਿਆਲਪੁਰੇ ਵਾਲਾ ਦੇਵ। ਸੋ ਬਾਈ ਗੁੱਸੇ ਨਾ ਹੋ ਜੀ, ਸੋ ਇਸ ਵੀਰ ਦਾ ਵੀ ਵੱਡਾ ਧੰਨਵਾਦ ਹੈ, ਸੋ ਇਸੇ ਪਹੁੰਚਣ ਤੇ ਸਾਰੇ ਅਫੀਸ਼ਲਾਂ ਦਾ ਜਸਵਿੰਦਰ ਰਾਜ ਸਾਹਿਬ ਉੱਟਰ ਦੇ ਵੱਲੋਂ ਵੱਡਾ ਧੰਨਵਾਦ ਹੈ। ਬੰਟੀ ਡਾਲਾ ਲਿਆਕਤ ਅਲੀ ਬਿੱਲਾ ਗਾਲਿਬ, ਸੋ ਦੇਵ ਦਿਆਲਪੁਰਾ, ਸੁਖਦੇਵ ਸਿੰਘ ਸੇਖੋਂ, ਮਚਾਕੀ ਮਲ ਸਿੰਘ, ਗੀਤਾ ਕੋੜ ਕਰੋੜ, ਇਹ ਸਾਰੇ ਅਫੀਸ਼ਲਾਂ ਦਾ ਵੱਡਾ ਧੰਨਵਾਦ ਹੈ। ਔਰ ਉਧਰਲੇ ਪਾਸੇ ਸੁੱਖਾ ਰਾਜਿਆਂ ਨੇ ਪਿੰਡ ਦਾ, ਸੋ ਰਾਜਿਆਂ ਨੇ ਪਿੰਡ ਦੇ ਜਿਵੇਂ ਕਹਿੰਦੇ ਨੇ ਬਾਪੂ ਗੁਰਦਿਆਲ ਸਿੰਘ, ਬਿੱਲੂ ਨੂੰ ਕੌਣ ਨਹੀਂ ਜਾਣਦਾ ਕਿ ਰਾਜਿਆਂ ਨੇ ਪਿੰਡ ਦਾ ਸੀ ਬਿੱਲੂ ਭਲਵਾਨ, ਖੇਡਦਾ ਸੀ ਕਬੱਡੀ, ਲਾ ਦਿੰਦਾ ਪੂਰੀ ਜਿੰਦ ਜਾਣ, ਰਾਜਿਆਂ ਨੇ ਪਿੰਡ ਦਾ ਸੀ ਬਿੱਲੂ ਭਲਵਾਨ। ਅੱਜ ਰਾਜਿਆਂ ਦੀ ਧਰਤੀ ਦੇ ਨਾਲ ਨੂੰ ਪਿੰਡਾਂ ਵਾਲਿਆਂ ਨੇ ਕਹਿੰਦੇ ਆੜੇ ਹੱਥੀ ਲੈ ਲਿਆ, ਪਿੰਡਾਂ ਵਾਲੇ ਨੇ ਜਾਨਦਾਰ ਜਫਾ ਲਾ ਕੇ ਅੰਕਾਂ ਦੇ ਵਿੱਚ ਵਾਧੇ ਕਰ ਦਿੱਤੇ, ਕਮਾਲ ਦੀ ਕਮਾਲ ਦਾ ਜਫਾ। ਉਧਰਲੇ ਪਾਸੇ ਪਿੰਡਰਾਂ ਦਾ ਸ਼ੀਰਾ ਦੋਸਤੋ, ਕੌਡੀ ਜਦ ਪਾਉਂਦਾ ਸੀ ਲੈ ਕੇ ਤਾਂ ਅੰਕ ਦੋਸਤੋ ਨੱਚਦਾ ਹੀ ਆਉਂਦਾ ਸੀ, ਲੈ ਕੇ ਤਾਂ ਅੰਕ ਦੋਸਤੋ ਨੱਚਦਾ ਹੀ ਆਉਂਦਾ ਸੀ। ਹਰਜੋਤ ਪਿੰਡਰ ਪਿੰਡ ਦਾ ਕਹਿੰਦੇ ਨੇ ਵੀ ਜਾਦੂਗਰੀਆਂ ਚਲਾਕੀਆਂ ਕਰਦਾ ਹੋਇਆ ਵਾਪਸ ਇੱਕ ਅੰਕ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ। ਨਹੀਂ ਰੀ ਸਾਂ
ਬੜੇ ਮਾਣ ਸਤਿਕਾਰ ਦੇ ਨਾਲ ਕਹੀਏ ਕਿ ਸਾਡੀ ਜ਼ਿੰਦਗੀ ਦਾ ਪਰਮ ਪਿਆਰਾ ਮਿੱਤਰ ਸੂਰੇ ਵਾਲੇ ਦੇ ਰਾਜੂ ਨੇ ਪਹਿਲੀਆਂ ਮੁਲਾਕਾਤਾਂ ਆਪਣੇ ਪਿੰਡ ਦੇ ਵਿੱਚ ਕਰਵਾਈਆਂ ਸੀ ਗੋਪੀ ਧੂੜਕੋਟ ਦੇ ਨਾਲ ਗੋਲੂ ਗ੍ਰਿਪ ਗੱਜਣ ਵਾਲੇ ਦੇ ਨਾਲ ਖੇਤਰ ਤੇ ਪਹੁੰਚਿਆ ਵੱਡਾ ਵੀਰ ਦਾ ਧੰਨਵਾਦ ਹੈ ਇਹਨਾਂ ਮੈਦਾਨਾਂ ਦੇ ਵਿੱਚ ਕਿਉਂਕਿ ਜ਼ਿੰਦਗੀ ਦੇ ਪਰਮ ਪਿਆਰੇ ਮਿੱਤਰ ਦਾ ਮੈਂ ਵੱਡਾ ਧੰਨਵਾਦ ਹੈ ਗੋਲੂ ਗ੍ਰਿਪ ਗੱਜਣ ਵਾਲਾ ਖੇਤਰ ਦੇ ਮਹਾਨ ਜਾਫੀ ਹੈ ਇਹਨਾਂ ਮੈਦਾਨਾਂ ਦੇ ਵਿੱਚ ਪਹੁੰਚਿਆ ਗੋਪੀ ਧੂੜਕੋਟ ਦੇ ਰਾਜੂ ਸੂਰੇ ਵਾਲੇ ਦੇ ਨਾਲ ਜਿਵੇਂ ਭਾਈਆਂ ਵਾਲਾ ਪਿਆਰ ਇਹਨਾਂ ਨਾਲ ਉਹਨਾਂ ਦਾ ਔਰ ਇਧਰਲੇ ਪਾਸੇ ਪਿੰਡਰਾਂ ਦੀ ਧਰਤੀ ਦਾ ਖਿਡਾਰੀ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਦਾ ਹੋਇਆ ਪਿੰਡਰਾਂ ਵਾਲੇ ਨੇ ਕਹਿੰਦੇ ਨੇ ਕਮਾਲ ਦੇ ਨਾਲ ਬਾਜ ਵਰਗੀ ਅੱਖ ਤੇ ਰਾਜਾ ਨੇ ਪਿੰਡ ਦਾ ਆਹ ਨਾਈ ਹੁਣ ਹਰਦੀਪ ਸਿੰਘ ਜੰਡੀ ਵਾਲੇ ਦਾ ਭਾਈ ਕਹਿ ਲਈਏ ਫੜਨ ਦੀ ਕੋਸ਼ਿਸ਼ ਕਰਦਾ ਹੋਇਆ ਅੰਕ ਧਾਵੀ ਦੇ ਖਾਤੇ ਹੈ ਅਗਲੀ ਕਬੱਡੀ ਸੁੱਖੇ ਨਾਜੁਨ ਦੀ ਇੱਕ ਸੁੱਖਾ ਸ਼ੂਸ਼ਕ ਪਿੰਡ ਦਾ ਇੱਕ ਸੁੱਖਾ ਪੀਲੇ ਵਾਲੇ ਦੀ ਧਰਤੀ ਦਾ ਇੱਕ ਭੰਡਾਲ ਵਾਲਾ ਸੁੱਖਿਆਂ ਨੇ ਸਮੇਂ ਸਮੇਂ ਸਿਰ ਕਹਿੰਦੇ ਨੇ ਵੱਡੀਆਂ ਹਾਜ਼ਰੀਆਂ ਲਵਾਈਆਂ ਨੇ ਮੇਰੀ ਲੋ ਖੇਡ ਮੈਦਾਨਾਂ ਦੇ ਵਿੱਚ ਸੁੱਖਾ ਸ਼ੀਰਾ ਕਾਲਾ ਇਹ ਜਿਹੜੇ ਨਾਮ ਨੇ ਖੇਡ ਕਬੱਡੀ ਦੇ ਮੇਰੇ ਵੀਰੋ ਬੜੇ ਚਮਕਦੇ ਬੜੇ ਆਦਰ ਨਾਲ ਲੈ ਜਾਣ ਵਾਲੇ ਨੇ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਾਂਗਾ ਸੋ ਜਿਹਨਾਂ ਜਿਹਨਾਂ ਨੇ ਵੀ ਇਹਨਾਂ ਮੈਦਾਨਾਂ ਦੇ ਵਿੱਚ ਆਪਣੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਸਲੀਨਾ ਸਲੀਨਾ ਪਹੁੰਚ ਗਿਆ ਜੀ ਸੋ ਧੰਨਵਾਦ ਵੀਰ ਉਸ ਤੋਂ ਬਾਅਦ ਕੰਡਿਆਲ ਕੰਡਿਆਲ ਸੋ ਇਹਨਾਂ ਦਾ ਵੀ ਵੱਡੇ ਵੀਰਾਂ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਜਿਹੜਾ ਸਮੇਂ ਦੀ ਜਿਵੇਂ ਕਹਿੰਦੇ ਨੇ ਨਜ਼ਾਕਤ ਸਮੇਂ ਦੀ ਕਦਰ ਸਮੇਂ ਦੀ ਨਜ਼ਾਕਤ ਜਿਹੜਾ ਪਹਿਚਾਣ ਲਵੇ ਉਹਨੂੰ ਮੈਂ ਕਹਾਂਗਾ ਇਹ ਸਮੇਂ ਦਾ ਜਿਵੇਂ ਕਹਿੰਦੇ ਨੇ ਜਹਰੀ ਪਛਾਣਨ ਵਾਲੀ ਅੱਖ ਹੈ ਸੋ ਦੋਨਾਂ ਟੀਮਾਂ ਦਾ ਮੈਂ ਵੱਡਾ ਧੰਨਵਾਦ ਕਰਦੇ ਹਾਂ ਇੱਧਰ ਕ੍ਰਾਸ ਲੈਣ ਹੋ ਗਈ ਹੈ ਪੁਆਇੰਟ ਧਾਵੀ ਦੇ ਖਾਤੇ ਡਿਕਲੇਅਰ ਕਰ ਦਿੱਤਾ ਸੁਖਦੇਵ ਸਿੰਘ ਸੇਖੋਂ ਫਰੀਦਕੋਟ ਵਾਲਾ ਮਚਾਕੀ ਵਾਲੇ ਸੇਵੇ ਨੇ ਅੰਕ ਧਾਵੀ ਦੇ ਖਾਤੇ ਚੱਲ ਨਾ ਪਾਗਲੀ ਕੰਟ ਕਹਿੰਦੇ ਨੇ ਪੰਜਾਬੀਆਂ ਦੀ ਹਰਮਨ ਪਿਆਰੀ ਹੈ ਪੰਜਾਬੀਆਂ ਦੀ ਕਹਿੰਦੇ ਨੇ ਬੁਲੰਦ ਹੌਸਲੇ ਵਾਲੀ ਹੈ ਉਹ ਪੰਜਾਬੀਆਂ ਦੀ ਕਹਿੰਦੇ ਨੇ ਵੀ ਚੀਤੇ ਵਾਲੀ ਫੁਰਤੀ ਵਾਲੀ ਪੰਜਾਬੀਆਂ ਦੀ ਕਹਿੰਦੇ ਨੇ ਜਾਬਾਜ ਤੇ ਸਾਨ ਵਾਲੇ ਜ਼ੋਰ ਵਾਲੀ ਆਹ ਕੌਡੀ ਦਾ ਮਾਲੇ ਵਿੱਚ ਮੈਚ ਚੱਲਦਾ ਹੋਇਆ ਮੈਚ ਦੇ ਵਿੱਚ ਪਟਾਕੇ ਪੈਂਦੇ ਨੇ ਮਿੱਤਰੋ ਕਾਕੇ ਖਹਿੰਦੇ ਨੇ ਨਾਕੇ ਲੱਗਦੇ ਨੇ ਤੇ ਵਾਕੇ ਹੁੰਦੇ ਨੇ ਅੰਕ ਧਾਵੀ ਦਾ ਪਿੰਡਰਾਂ ਵਾਲੇ ਨਾਜੁਨ ਦਾ ਚੱਲ ਗੱਭਰੂਆ ਪਾਗਲੀ ਕੌਡੀ ਉਧਰਲੇ ਪਾਸੇ ਗੋਗੇ ਵਰਗੇ ਸੋ ਨਾਜੁਨ ਜੋਧੇ ਹੋਰੀ ਖੰਨੇ ਵਰਗੇ ਔਰ ਪਿੰਡਰਾਂ ਦੇ ਕਹਿੰਦੇ ਨੇ ਖੇਡ ਪ੍ਰਮੋਟਰਾਂ ਦੀ ਗੱਲ ਕਰੀਏ ਲਖਵੀਰ ਹੀਰੇ ਵਰਗੇ ਮੇਰੇ ਵੀਰੋ ਵੱਡਾ ਧੰਨਵਾਦ ਹੈ ਉਧਰਲੇ ਪਾਸੇ ਕੌਡੀ ਪਾਉਣ ਦੀ ਗੱਲ ਤਾਂ ਹਰਜੋਤ ਪਿੰਡਰ ਪਿੰਡ ਦਾ ਮੋਟਰਸਾਈਕਲ ਤੇ ਸਕੂਟਰ ਜਿਨ੍ਹਾਂ ਨੇ ਹਾਲੇ ਤੱਕ ਗੇਟ ਦੇ ਵਿੱਚੋਂ ਪਾਸੇ ਨਹੀਂ ਕੀਤੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਸਾਈਡ ਤੇ ਕੱਢ ਲਓ ਸੋ ਤੁਹਾਡਾ ਧੰਨਵਾਦ ਹੈ ਸਾਈਡ ਤੇ ਕਰ ਲਓ ਮੋਟਰਸਾਈਕਲ ਤੇ ਸਕੂਟਰ ਜਿਹੜੇ ਗੇਟ ਦੇ ਮੂਹਰਲੇ ਪਾਸੇ ਖੜੇ ਨੇ ਉਹ ਸਾਈਡ ਤੇ ਕਰ ਲਓ ਨਹੀਂ ਤਾਂ ਉਹਨਾਂ ਦੀ ਹਵਾ ਕੱਢ ਦਿੱਤੀ ਜਾਵੇਗੀ ਜਿਵੇਂ ਕਹਿੰਦੇ ਨੇ ਸੋ ਕੁਰਸੀਆਂ ਜੋ ਮੈਦਾਨ ਦੇ ਵਿੱਚ ਲੱਗਣੀਆਂ ਨੇ ਉਹਨਾਂ ਦੀ ਟਰਾਲੀ ਜਿਹੜੀ ਬਾਹਰ ਹੈ ਚਾਲਣ ਆਈ ਉਹਨਾਂ ਉਧਰਲੇ ਪਾਸੇ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਦਾ ਹੋਇਆ ਖਿਡਾਰੀ ਨੀਲੇ ਰੰਗ ਦੀ ਪੱਟੀ ਪਾ ਕੇ ਕੁੰਦਿਆਂ ਵਿੱਚ ਮੈਦਾਨੀ ਸੋ ਜਿਵੇਂ ਕਹਿੰਦੇ ਨੇ ਵੀ ਕਦੇ ਲਿਖਿਆ ਸੀਗੇ ਕਾਲੇ ਰੰਗ ਦੀ ਪੱਟੀ ਪਾ ਕੇ ਗੋਦਿਆਂ ਵਿੱਚ ਮੈਦਾਨੀ ਉਹ ਟਾਂਡੀ ਵਾਲਾ ਫਿੱਟੂ ਢਾਲਿਆ ਸੀ ਚੜ ਗਈ ਜਦੋਂ ਜਵਾਨੀ ਤਿੰਨ ਵਾਰੀ ਤਾਂ ਜਾ ਕੇ ਜਿੱਤਿਆ ਸੀ ਕੱਪ ਟਰਾਂਟੋ ਵਾਲਾ ਐਵੇਂ ਨਹੀਂ ਜਰਨੈਲ ਕਹਾਉਂਦਾ ਗਾਜਣ ਦਾ ਕਾਲਾ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੀ ਆ ਖਿਡਾਰੀ ਦੇ ਉੱਤੇ ਸੋ ਮੈਂ ਬੇਨਤੀ ਕਰਾਂਗਾ ਸੁਲਝੇ ਬੰਦਿਆਂ ਨੂੰ ਕਿ ਕਿਰਪਾ ਕਰਕੇ ਮੈਦਾਨ 'ਚ ਜ਼ਰੂਰ ਜਾਣ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਅਪਾਰ ਕਿਰਪਾ ਕਰੀ ਇਹਨਾਂ ਨਾਜੁਨਾਂ ਤੇ ਸੋ ਜਿਹੜੇ ਨਾਜੁਨ ਆਪਣੀ ਖੇਡ ਦੇ ਨਾਲ ਦਰਸ਼ਕਾਂ ਦਾ ਮਨ ਮੋਹ ਲੈਂਦੇ ਨੇ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਅਪਾਰ ਕਿਰਪਾ ਕਰੀ ਇਹਨਾਂ ਦੇ ਸਰੀਰਾਂ ਤੇ ਜਿਹੜੇ ਸਰੀਰ ਆ ਨਾਜੁਨ ਦਰਸ਼ਕਾਂ ਨੂੰ ਜਿਵੇਂ ਕਹਿੰਦੇ ਨੇ ਵੀ ਅੱਜ ਬੁਲੰਦ ਹੌਸਲੇ ਰੱਖਣ ਦੀ ਗੱਲ ਕਰਵਾਉਂਦੇ ਨੇ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਅਪਾਰ ਕਿਰਪਾ ਕਰੀ ਇਹਨਾਂ ਖਿਡਾਰੀਆਂ ਤੇ ਸੋ ਇਹ ਹੱਸਦੇ ਖੇਡਦੇ ਘਰਾਂ ਨੂੰ ਜਿਵੇਂ ਆਏ ਨੇ ਉਵੇਂ ਜਾਣ ਸੋ ਸਤਨਾਮ ਦਗੋ ਰਵਾਣੇ ਪਿੰਡ ਦਾ ਕਹਿੰਦੇ ਨੇ ਵੀ ਸੁਪਰ ਖਿਡਾਰੀ ਧੂੜਕੋਟ ਪਿੰਡ ਦੇ ਵਿੱਚ ਉਹਦੇ ਸੱਟ ਲੱਗ ਗਈ ਸੱਟ ਨੇ ਉਹਨੂੰ ਨਕਾਰਾ ਕਰਕੇ ਮੈਦਾਨਾਂ ਚੋਂ ਬਾਹਰ ਬਿਠਾ ਦਿੱਤਾ ਇਤਿਹਾਸ ਰਚ ਜਾਣੇ ਸੀ ਉਸ ਨਾਜੁਨ ਨੇ ਵਧੀਆ ਕਹਿੰਦਾ ਵੀ ਕਦੇ ਗੱਲ ਕਰਦਾ ਵੀ ਜਸਵਿੰਦਰ ਬਾਈ ਇੱਕ ਸਮਾਂ ਆਵੇਗਾ ਕਹਿੰਦਾ ਵੀ ਬੈਲਟ ਜਾਫੀ ਤੇ ਬੈਲਟ ਰੇਡਰ ਦਾ ਦੋਵੇਂ ਮੋਟਰਸਾਈਕਲ ਜਿੱਤਾਂਗਾ ਰਿਕਾਰਡ ਪੈਦਾ ਕਰਾਂਗਾ ਇੱਕ ਪਾਸੇ ਰੇਡਾਂ ਵੀ ਪਾਵਾਂਗਾ ਤੇ ਦੂਜੇ ਪਾਸੇ ਜੱਫੇ ਵੀ ਲਾਵਾਂਗਾ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹਦੀ ਜਿਹੜੀ ਟੰਗ
नुकसानी गई। वाहिगुरू सच्चे पातशाह मुझे अरदास करते हैं कि वापस वो फिर मैदानों के आ जाने खिडारी जिन्हों के सट्टा पेटा लगे ने तंदुरुस्त होके। पक्की कलां का मैच सलीना कटियाल का मैच उधरले पासे सुखा चाले नौजवाना सुखा जी का नाम ते राजेणा पिंड जी खेडदा कबड्डी दी वखरी है हिंड जी खेड के कबड्डी जहाज वांगू उड़दा सुता यारो सुखा यारो कमाल दियां गल्लां ते कहिंदे ने नंबर फंडदा सुखा यारो कमाल दियां गल्लां ते नंबर फंडदा चाले नौजवाना। अगला जिहड़ा मैच होवेगा सलीना ते कड़ियाल तो तुरंत बाद उह जलालाबाद ते पक्की कलां दा है। जलालाबाद ते पक्की कलां दियां टीमां वी मैदान दे नेड़े आ जाण। माला कलां ते जंड वाला ये टीमां दे खिडारी जिहड़े मैदान दे विच पुज जाण। माला कलां बाबा हीरा दास क्लब ते जंड वाला दा मैच है चौथा। यह टीमां जल्दी पुजण। उधरले पासे फिर राजेणी दी धरती दा खिडारी कबड्डी पाउण दे लई मैदान दे विच खेडदा खिडारी जी ने कीती फुल तैयारी उंगल खड़ी करके अपने वल पॉइंट नूं करदा होया अंक जिहड़ा ढाबी दे खाते अंक रेडर दे खाते जुड़दा होया। सो धन्नवाद करांगा फिर मैं गाजर वाले पिंड दे दिलवाग दा। सो मेरा प्यारा साथी वीर बुलारा पंजाब दा हरमन प्यारा है। सो भरावां वर्गा प्यार रखदा बट वीर इस नौजवान दा भी धन्नवाद इस इलाके दा वधिया बुलारा दिलवाग सिंह गाजर वाले पिंड दा। सो चलो नौजवाना पागली कौडी खेड खेडा विचों बड्डी जी नूं आखदे कबड्डी खेडी जांदी आ पूरा लाके तान मित्रो कौडी भंगड़ा पंजाबियां दी शान मित्रो। वाहिगुरु अपार कृपा करिए सुनाउण ते इहदे कूणी दे जोड़ ते छट ना लगी होवे। वाहिगुरु अपार कृपा करिए सुनाउण ते। साढ़े बहुत ही सत्कार के योग डेरा साहब के सेवादार ने बाबा हरी राम जी ग्राउंड का चक्कर ला रहे ने। बाबा जी का वड्डा धन्यवाद है। मुख्य सेवादार बाबा हरी राम जी इन्हों का वड्डा धन्यवाद है। तो ग्राउंड का जिहड़े चक्कर ला रहे ने। तो इधरले पासे हरजोत पिंडरां वाला कौड़ी का पॉइंट लैके के लगती जवानी चंगी नचदी खेडदी जचदा बुढ़ापा जे सियानी गल करे तां दीपा वीर दा धन्नवाद है। सो अज ओपन वर्ग दियां जिन्नियां भी टीमां इत्थे पुज्जियां ने आपो अपनी एंट्री फीस जरूर जमा करवा देन। ओपन वर्ग दियां जिन्नियां भी टीमां इत्थे पुज्जियां ने आपो अपनी एंट्री फीस जरूर जमा करवा देन। ਚਾਲੇ ਨਾਲ ਜੁਨਾ ਉਧਰਲੇ ਪਾਸੇ ਕਹਿੰਦੇ ਨੇ ਕੌਡੀ ਦੀ ਗੱਲ ਔਰ ਨਾਲ ਦੀ ਨਾਲ ਗੀਤੇ ਕੋਟ ਕਰੋੜੀਏ ਨੇ ਪੁਆਇੰਟ ਦੀ ਗੱਲ ਮਾਇਆ ਚ ਸਮਾਪਤ ਲੱਗਦਾ ਪਿੰਡਰ ਜੇਤੂ ਹੈ ਬਾਬੇ ਇਦਾਂ ਹੀ ਹੈ ਨਾ। ਸੋ ਸਾਡੇ ਜਿਹੜੇ ਪੁਆਇੰਟ ਨੇ 12 ਉਹ ਰਾਜੇ ਦੇ ਪਿੰਡ ਦੇ ਨੇ 16 ਪੁਆਇੰਟ ਪਿੰਡਰ ਦੇ ਨੇ ਸਾਡੇ 3 ਪੁਆਇੰਟਾਂ ਦੇ ਨਾਲ ਜਿਹੜੀ ਟੀਮ ਜੇਤੂ ਹੈ ਪਿੰਡਰ ਦੀ ਹੈ। VIP ਸਟੇਜ ਦੇ ਮੂਹਰਲੇ ਪਾਸੇ ਜਿਹੜੀ ਵਲੰਟੀਅਰਾਂ ਦੀ ਡਿਊਟੀ ਲੱਗੀ ਹੋਈ ਹੈ ਚਾਹ ਤੇ ਉਹ ਜ਼ਰੂਰ ਪਹੁੰਚਦੀ ਕਰ ਦੇਣ। ਧੰਨਵਾਦ।
ਅਸੀਂ ਧੰਨਵਾਦ ਕਰਾਂਗੇ ਸਵਰਨ ਫੋਟੋ ਸਟੂਡੀਓ ਮਾਹਲੇ ਕਲਾਂ ਦਾ ਸੋ ਜਿਹੜੇ ਕਵਰਜ ਕਰ ਰਹੇ ਨੇ ਅੱਜ ਦੇ ਖੇਡ ਮੇਲਿਆਂ ਨੂੰ ਸਵਰਨ ਫੋਟੋ ਸਟੂਡੀਓ ਮਾਹਲਾ ਕਲਾਂ ਸੋ ਬਹੁਤ ਹੀ ਵਧੀਆ ਜਿਹੜਾ ਮੁਕਾਬਲਾ ਸਲੀਨਾ ਤੇ ਕੰਡਿਆਲ ਦੀਆਂ ਟੀਮਾਂ ਦੇ ਦਰਮਿਆਨ ਜੋ ਸ਼ੁਰੂ ਹੋ ਚੁੱਕਿਆ ਹੈ ਕੰਡਿਆਲ ਦੀ ਟੀਮ ਡੇਰਾ ਸਾਹਿਬ ਵਾਲੀ ਸਾਈਡ ਹੈ ਸੋ ਦੂਸਰੇ ਪਾਸੇ ਜਿਹੜੀ ਟੀਮ ਹੈ ਉਹ ਸਲੀਨੇ ਦੀ ਸੋ ਕੰਡਿਆਲ ਦੇ ਵੱਲੋਂ ਭਗਤੇ ਭਾਈ ਦੀ ਧਰਤੀ ਦਾ ਜਿਵੇਂ ਕਹਿੰਦੇ ਨੇ ਬੇਦਰ ਮਾਰਕੀਟ ਦੇ ਵਿੱਚ ਜਿਸ ਨਾਲ ਦਾ ਘਰ ਹੈ ਭਗਤੇ ਭਾਈ ਦੇ ਬੱਸ ਅੱਡੇ ਤੋਂ 20 ਕੋ ਜਿਵੇਂ ਕਹਿੰਦੇ ਨੇ 100 ਕੋ ਮੀਟਰ ਦੀ ਦੂਰੀ ਤੇ ਘਰ ਹੈ ਇਸ ਨਾਲ ਸੁੱਖੀ ਦਾ ਕੋਠੇ ਗੁਰੂ ਵਾਲੇ ਰਾਹ ਦੇ ਉੱਤੇ ਔਰ ਇਹ ਸੁੱਖੀ ਇੱਕ ਪੁਆਇੰਟ ਲੈ ਕੇ ਭੱਜਦਾ ਹੋਇਆ ਕੰਡਿਆਲ ਦੇ ਲਈ ਕੰਡਿਆਲ ਦੀ ਟੀਮ ਨੇ ਸਾਈਡ ਮੰਨ ਲਈ ਹੈ ਤਾਂ ਮੇਰੇ ਵੀਰੋ ਸਾਈਡ ਮੰਨ ਲਈ ਤਾਂ ਸਾਹਮਣੇ ਦੇਖਾਂਗੇ ਸਾਈਡ ਡੇਰੇ ਵਾਲੀ ਸਾਈਡ ਮੱਲੀ ਹੋਈ ਹੈ ਦੂਸਰੇ ਪਾਸੇ ਆ ਜਿਹੜਾ ਨਾਲਣ ਸਲੀਨੇ ਦੀ ਧਰਤੀ ਦਾ ਵਾਹ ਗੁੰਦਿਆ ਸਰੀਰ ਕੇ ਦੀ ਸਿਰਤ ਕਰਾਂ ਹੱਥ ਲਾ ਕੇ ਜਾਫੀ ਨੂੰ ਫੜਾਉਂਦਾ ਨਹੀਂ ਹੁੰਦਾ ਪਰ ਜਾਫੀ ਵੀ ਪੂਰਾ ਕਹਿਣ ਅੜਬ ਹੈ ਜਿਵੇਂ ਕਹਿੰਦੇ ਨੇ ਵੀ ਅੜਬ ਨੇ ਜਦੋਂ ਵਸ ਪੈ ਜਾਵੇ ਤਾਂ ਗੱਲ ਸੋਨੇ ਤੇ ਸੁਹਾਗੇ ਵਾਲੀ ਬਣ ਜਾਂਦੀ ਹੈ ਵਾਹ ਵਾਕਈ ਕਹਿੰਦੇ ਨੇ ਲਿਖਿਆ ਸੀ ਕਿ ਕਹਿੰਦੇ ਨੇ ਸਿਆਣੇ ਜੱਟ ਨਾਲ ਰੌਲਾ ਲੋਕੋ ਪੱਟ ਬੰਨੇ ਦਾ ਤੇ ਬੁਰਾ ਹੈ ਵਿਛੋੜਾ ਚਮਕੀਲੇ ਭਾਈ ਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ ਆ ਨੌਜਵਾਨ ਸੋਨੇ ਦੇ ਜੱਫੇ ਵਾਂਗ ਇੱਕ ਜੱਫਾ ਲੱਗਿਆ ਜੱਫਾ ਕੰਡਿਆਲ ਦੇ ਖਾਤੇ ਜੁੜਦਾ ਹੋਇਆ ਸੀਤਾ ਅਗਲੀ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਸ਼ਾਲਨ ਆਯੋਨਾ 15.5 ਤੇ 16 ਪੁਆਇੰਟਾਂ ਦੇ ਮੈਚ ਨੇ ਜਿਹੜੇ ਚੱਲ ਰਹੇ ਨੇ ਹੋ ਗਿਆ ਕਬੱਡੀ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਅੱਜ ਗੱਲਾਂ ਕਰਦੇ ਨੇ ਟੀਮਾਂ ਦੋਨੋਂ ਚੰਗੀਆਂ ਕਿਹੜਾ ਪਾਊਗਾ ਕਬੱਡੀ ਕਿਹੜਾ ਲਊਗਾ ਪੁਆਇੰਟ ਅੱਜ ਚੁੱਕ ਚੁੱਕ ਕੇ ਕਿਹਦੀਆਂ ਪੱਟਾਂ ਦੇ ਵਿੱਚ ਜਾਣ ਮਿੱਤਰੋ ਨੇ ਜਾਣਾ ਜਿੱਤ ਕੇ ਕਿਹਦੀਆਂ ਪੱਟਾਂ ਦੇ ਵਿੱਚ ਜਾਣ ਮਿੱਤਰੋ ਨੇ ਜਾਣਾ ਜਿੱਤ ਕੇ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਸੁਲਹਿਣੇ ਦੀ ਧਰਤੀ ਦਾ ਨਾਲਣ ਮੋਗੇ ਜ਼ਿਲ੍ਹੇ ਦੀ ਗੱਲ ਹੈ ਮੋਗੇ ਜ਼ਿਲ੍ਹੇ ਦੇ ਸਲੀਨਾ ਪਿੰਡ ਦਾ ਨੌਜਵਾਨ ਪਤਲੇ ਜਿਹੇ ਸਰੀਰ ਦੇ ਵਿੱਚ ਪਾਈ ਹੋਈ ਕੌਡੀ ਨਾ ਸਲਹੀਣੇ ਦੀ ਧਰਤੀ ਦਾ ਨੌਜਵਾਨ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਸੋ ਤੰਨਾ ਸਲਹੀਣੇ ਦੀ ਧਰਤੀ ਦਾ ਨੌਜਵਾਨ ਮੈਦਾਨ ਦੇ ਵਿੱਚ ਕੌਡੀ ਪਾਉਣ ਦੇ ਲਈ ਵਾਧਾ ਹੋਇਆ ਵਾਹ ਇੱਕ ਪਾਸੇ ਤੰਨਾ ਸਲਹੀਣੇ ਦੀ ਧਰਤੀ ਦਾ ਤੇ ਦੂਜੇ ਪਾਸੇ ਕੰਡਿਆਲ ਵਾਲਾ ਜਾਫੀ ਜਿਵੇਂ ਕਹਿੰਦੇ ਨੇ ਜਿੰਦਰਾ ਜੰਗਾਲ ਖਾ ਗਿਆ ਕੁੰਜੀ ਲੈ ਗਿਆ ਦਿਲਾਂ ਦਾ ਜਾਨੀ ਅੱਜ ਕਹਿੰਦੇ ਨੇ ਜਿੰਦਰੇ ਜੰਗਾਲ ਖਾਣ ਵਾਲੀ ਗੱਲ ਹੋ ਜਾਵੇਗੀ ਮੈਦਾਨ ਦੇ ਵਿੱਚ ਤੰਨਾ ਸੋ ਸਲਹੀਣੇ ਦੀ ਧਰਤੀ ਦਾ ਜਾਫੀ ਕੰਡਿਆਲ ਪਿੰਡ ਦਾ ਦੋਨਾਂ ਖਿਡਾਰੀਆਂ ਦੀ ਤਗੜੀ ਟੱਕਰ ਹੈ ₹100 ਬਾਬਾ ਜੀ ਹਰੀ ਰਾਮ ਜੀ ਵੱਲੋਂ ਇਸ ਜਾਫੀ ਦੇ ਲਈ ₹100 ਦੀ ਵੱਡੀ ਗੱਲ ਬਾਤ ਹੈ ਸਰਬਜੀਤ ਸਿੰਘ ਜੀ ਐਕਸ ਪ੍ਰਧਾਨ ਨੇ ਕੋਪਰੇਟ ਸਟੈਟੀ ਮਾਹਲਾ ਕਲਾਂ ਸੋ ਬੋਲਾਂ ਤੋਂ ਖੁਸ਼ ਹੋ ਕੇ ਬਹੁਤ ਸਾਰਾ ਮਾਣ ਸਨਮਾਨ ਆਪਣੇ ਇਸ ਬੱਚੇ ਯਾਨੀ ਮੇਰੇ ਲਈ ਪੁੱਜਦਾ ਕਰਕੇ ਨੇ ਸਰਬਜੀਤ ਸਿੰਘ ਜੀ ਐਕਸ ਪ੍ਰਧਾਨ ਕੋਪਰੇਟ ਸਟੈਟੀ ਮਾਹਲਾ ਕਲਾਂ
ਉਹਨਾਂ ਦਾ ਵੱਡਾ ਧੰਨਵਾਦ ਹੈ। ਇਹਦਾ ਨਾਮ ਗੁਰਜੀਤ ਤੇ ਇਹਦਾ ਵੀ ਸਲੀਨਾ ਪਿੰਡ ਆ ਜਸਲੀਨਾ, ਜਿਵੇਂ ਕਹਿੰਦੇ ਨੇ ਕੰਡਿਆਲ ਦਾ ਪੁੱਤ ਬਣ ਕੇ ਆਪਣੇ ਪਿੰਡ ਦੇ ਵਿਰੁੱਧ ਕੌਡੀ ਪਾਉਣ ਦੀ ਗੱਲ ਕਿ ਔਰ ਉਹ ਗੱਲ ਹੋ ਜਾਂਦੀ ਕਿ ਕਾਕਾ ਪੇਤੀ ਲੰਕਾ ਢਾ ਦਿੰਦਾ ਹੈ, ਸੋ ਘਰ ਦਾ ਪੇਤੀ ਲੰਕਾ ਢਾ ਦਿੰਦਾ ਵੀਰੇ ਮੇਰੀ ਵੀਰੋ, ਉਸੇ ਤਰ੍ਹਾਂ ਦੀ ਗੱਲ ਕੀਤੀ ਆ ਪਿੰਡ ਵਾਲੇ ਨੇ ਸਲੀਨੇ ਵਾਲੇ ਨੇ ਗੁਰਜੀਤ ਠੋਕ ਕੇ ਰੱਖ ਦਿੱਤਾ, ਚੱਲ ਨਾ ਆਈਏ ਨਾ ਪਾਗਲੀ ਕੌਡੀ। ਸੋ ਕਾਲੂ ਨਾ ਤੇ ਸਲੀਨਾ ਪਿੰਡਾ ਸਰਾਜੂਨ ਖਿਲਾਰੀ ਦਾ, ਉਧਰ ਅਮਨ ਸਰਾਵਾਂ ਵਾਲਾ, ਸੋ ਧੰਨਾ ਸਲੀਨੇ ਵਾਲਾ ਤੇ ਆ ਕਾਲੂ ਕੰਟੀ ਨਾਉਨਾ ਕਾਉਟੀ ਪਾਉਣ ਦੇ ਲਈ ਵਾਧਾ ਹੋਇਆ। ਇਹਦਾ ਸਲੀਨਾ ਪਿੰਡ ਕਾਲੂ ਨਾ ਹੈ, ਕਹਿੰਦੇ ਨੇ ਚੱਕੀ ਦੇ ਬੜ ਵਰਗੀ ਛਾਤੀ ਗੇਟ ਲਾਹੌਰੀ ਹੈ ਖੇਡਦਾ ਕਬੱਡੀ। ਔਰ ਇੱਕ ਪਾਸੇ ਮੈਂ ਦੇਖਾਂਗਾ ਕਿਹਨੂੰ ਟੱਚ ਕਰੇਗਾ, ਕੰਡਿਆਲ ਵਾਲਾ ਵੀ ਕਿਸੇ ਗੱਲੋਂ ਘੱਟ ਨਹੀਂ, ਬਈ ਵਾਹ ਇਹ ਵੀ ਰੇਲਾਂ ਡੱਕ ਦਿੰਦਾ ਹੈ ਰੇਲਾਂ ਰੋਕ ਦਿੰਦਾ, ਪਰ ਆਓ ਕੰਨਿਆ ਕਾਲੂ ਸਲੀਨੇ ਪਿੰਡ ਦੀ ਧਰਤੀ ਦਾ ਨਾਉਨ ਅੰਕ ਲੈ ਕੇ ਕਿ ਨੱਚਦੀ ਜਵਾਨੀ ਚੰਗੀ, ਜੱਚਦੀ ਜਵਾਨੀ ਚੰਗੀ ਨੱਚਦੀ ਖੇਡਦੀ, ਓਏ ਜੱਚਦਾ ਬੁਢਾਪਾ ਜੇ ਸਿਆਣੀ ਗੱਲ ਕਰੇ ਤਾਂ, ਜੱਚਦਾ ਬੁਢਾਪਾ ਜੇ ਸਿਆਣੀ ਗੱਲ ਕਰੇ ਤਾਂ ਜਵਾਨੀ ਨੱਚਦੀ ਖੇਡਦੀ ਚੰਗੀ ਲੱਗਦੀ ਹੈ। ਇੱਧਰ ਧੱਕਾ ਦੇ ਕੇ ਬਾਹਰ ਔਰ ਬਾਹਰੋਂ ਅੰਦਰ ਆਉਣ ਦੀ ਬਜਾਏ ਦਿਆਲਪੁਰੇ ਦੀ ਧਰਤੀ ਦਾ ਦੇਵ ਕਹਿੰਦਾ ਵੀ ਪੁਆਇੰਟ ਦੇ ਦੇ, ਪੁਆਇੰਟ ਦੇ ਦੇ ਨੌਜਵਾਨਾਂ ਕਿਹਦੇ ਹਿੱਸੇ ਸਲੀਨੇ ਦੇ ਖਾਤੇ। ਉਧਰਲੇ ਪਾਸੇ ਕੌਡੀ ਪਾਉਣ ਦੇ ਲਈ ਅਮਨ ਸ਼ਰਾਵਾਂ ਪਿੰਡਾਂ ਸਰਾਜਨ ਦਾ, ਜਿਹੜੇ ਪਿੰਡ ਦਾ ਸੁਖਬੀਰ ਸਿੰਘ ਅੱਜ ਦੁਨੀਆਂ ਦਾ ਮਸਤ ਮੌਲਾ ਖਿਡਾਰੀ ਬਣ ਗਿਆ, ਜਿਸ ਨੌਜਵਾਨ ਨੂੰ ਮੇਜਰ ਬਰਾੜ ਨੇ ਕਹਿੰਦੇ ਨੇ ਲੈਣੇ ਕਹਿੰਦੇ ਕਬੱਡੀ ਕੱਪ ਦੇ, ਕਰਮਪਾਲ ਦੇ ਨਾਲ, ਜਲੰਧਰ ਸਿੱਧੂ ਦੇ ਨਾਲ, ਮਾਣੂਕੇ ਵਾਲੇ ਗੁਰਲਾਲ ਦੇ ਨਾਲ, ਨੀਲੇ ਧੂੜਕੋਟ ਹੋਰਾਂ ਦੇ ਨਾਲ ਮਿਲ ਕੇ 8855 ਟਰੈਕਟਰ ਦਿੱਤਾ ਆ ਉਹਦੇ ਪਿੰਡ ਦਾ ਸੁਖਬੀਰ ਦਾ ਖਿਡਾਰੀ। ਓਪਨ ਦੀ ਆਵਾਜ਼ ਨਹੀਂ ਬਾਈ ਸਰ, ਓਪਨ ਦੀ ਓਪਨ ਵਰਗ ਦੀਆਂ ਜਿੰਨੀਆਂ ਵੀ ਟੀਮਾਂ ਇੱਥੇ ਪੁੱਜੀਆਂ ਨੇ ਮੈਂ ਬੇਨਤੀ ਕਰਾਂਗਾ ਵੀ ਸਾਰੀਆਂ ਟੀਮਾਂ ਆਪੋ ਆਪਣੀਆਂ ਐਂਟਰੀ ਫੀਸਾਂ ਜਿਹੜੀਆਂ ਪੁੱਜਦਾ ਕਰ ਦੇਣ। ਸੋ ਓਪਨ ਵਰਗ ਦੀਆਂ ਜਿੰਨੀਆਂ ਵੀ ਟੀਮਾਂ ਇੱਥੇ ਪੁੱਜੀਆਂ ਨੇ ਉਹ ਸਾਰੀਆਂ ਟੀਮਾਂ ਆਪੋ ਆਪਣੀ ਐਂਟਰੀ ਫੀਸ ਪੁੱਜਦੀ ਕਰ ਦੇਣ। ਬੱਲੇ ਨਹੀਂ ਹੋ ਰਹੀ ਸਨ ਆਈ ਉਹਨਾਂ ਵਾਕਈ ਕਹਿੰਦੇ ਨੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਕਿ ਕਰਦਾ ਪੇਤੀ ਜੇ ਭਵਿਸ਼ਣ ਨਾ ਹੁੰਦਾ ਨਾ ਤੇ ਰਾਮ ਤੋਂ ਕਹਿੰਦੇ ਨੇ ਰਾਵਣ ਮਰਨਾ ਨਹੀਂ ਸੀ, ਗੱਲ ਹੈ ਮੇਰੇ ਵੀਰੋ ਕਿ ਭਵਿਸ਼ਣ ਕਰਦਾ ਪੇਤੀ ਸੀ। ਆ ਸਲੀਨੇ ਵਾਲੇ ਨੇ ਗੁਰਜੀਤ ਨੂੰ ਡੱਕ ਲਿਆ। ਅਗਲੀਆਂ ਟੀਮਾਂ ਜਿਹੜੀਆਂ ਮਾਲਾ ਕਲਾ ਜਲਾਲਾਬਾਦ ਤੇ ਪੱਕੀ ਕਲਾਂ, ਜਲਾਲਾਬਾਦ ਤੇ ਪੱਕੀ ਕਲਾਂ ਟੀਮਾਂ ਜਿਹੜੀਆਂ ਗਰਾਊਂਡ ਚ ਹੋਣੀਆਂ ਜ਼ਰੂਰੀ ਨੇ, ਮੌਸਮ ਦੇ ਵਿੱਚ ਆ ਜਾਣ। ਪੱਕੀ ਕਲਾਂ ਆ ਗਈ ਹੈ ਜੀ, ਮਾਲਾ ਕਲਾਂ ਜਲਾਲਾਬਾਦ, ਜਲਾਲਾਬਾਦ ਵੀ ਨਹੀਂ ਪੁੱਜੀ ਤੇ ਪੱਕੀ ਕਲਾਂ ਵੀ ਨਹੀਂ ਆਈ, ਬਾਕਸਾਂ ਦੇ ਵਿੱਚ ਆਉਣੀਆਂ ਜ਼ਰੂਰੀ ਨੇ, ਜਲਾਲਾਬਾਦ ਆ ਗਈ ਹੈ ਸੋ ਧੰਨਵਾਦ ਹੈ। ਉਸ ਤੋਂ ਬਾਅਦ ਜਿਹੜੀ ਪੱਕੀ ਕਲਾਂ ਦੀ ਟੀਮ ਬਾਕਸਾਂ ਦੇ ਵਿੱਚ ਪੁੱਜ ਜਾਵੇ ਸੋ ਧੰਨਵਾਦ ਹੋਵੇਗਾ। ਚੱਲ ਨਾਈਓ ਨਾ ਗੁਰਸੇਵਕ ਸਿੰਘ ਵੀ ਕੈਮਰਾ ਫੋਕਸ ਕਰਦੇ ਆ ਸੁਖੀ ਤੇ ਲਾ ਦੇ, ਪੂਰੀ ਦੁਨੀਆ ਦੇਖੇ ਕਿ ਭਗਤੇ ਭਾਈ ਵਾਲਾ ਜਿਸ ਪਿੰਡ ਦੀ ਕਹਿੰਦੇ ਨੇ ਇਤਿਹਾਸ ਦੀ ਗੱਲ ਕਿ ਭਾਈ ਪਹਿਲੋ ਸਭ ਤੋਂ ਪਹਿਲੋ ਉਸੇ ਪਿੰਡ ਦਾ ਸੁਖੀ ਕੌਡੀ ਦਾ ਕਿਹੋ ਜਿਹਾ ਪੁਆਇੰਟ ਤੇ ਕਿਹੋ ਜਿਹੀ ਜਾਦੂਗਰੀ ਕਰਕੇ ਮੁੜਦਾ ਨਹੀਂ ਰਿਸਾਂ। ਵਾਹ ਇਹ ਕੌਡੀ ਦਾ ਜਾਦੂਗਰ ਜਿਵੇਂ ਕਹਿੰਦੇ ਨੇ ਧਾਵੀ ਕੌਡੀ ਪਾ ਕੇ ਵਾਪਸ ਮੁੜਦਾ ਹੋਇਆ ਸ਼ਰਾਵਾਂ ਵਾਲਾ ਅਮਨ ਕੌਡੀ ਦੇ ਮੈਦਾਨ ਦੇ ਵਿੱਚ ਅਗਲੀ ਕੌਡੀ ਪਾਵੇਗਾ। ਉਧਰ ਕਬੱਡੀ 365.com ਵਾਲੇ ਪ੍ਰਦੀਪ ਟੈਣ, ਕਬੱਡੀ ਵਾਈਫਾਈ ਪੇਜ ਵਾਲੇ ਹੈਪੀ ਮਾਣੂਕੇ, ਉਹਨਾਂ ਦਾ ਵੱਡਾ ਧੰਨਵਾਦ ਹੈ। ਔਰ ਲੱਖੇ ਨੂੰ ਜਿੱਥੇ ਕਹਿੰਦੇ ਨੇ ਸੋਨੇ ਦੀ ਮੁੰਦਰੀ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ, ਉੱਥੇ ਮਾੜੀ ਵਾਲਾ ਸਿਕੰਦਰ ਸੈਦੂ ਕਹਿੰਦਾ ਬਲਜੀਤ ਵੰਨ ਲੋੜ ਦਾ ਸੋਨਾ ਜਗਮੀਤ ਪੜਾਣੇ ਪਿੰਡ ਦਾ, ਗੋਪੀ ਧੂੜਕੋਟ ਪਿੰਡ ਦਾ, ਔਰ ਇਹਨਾਂ ਖਿਡਾਰੀਆਂ ਦੇ ਜਿਹੜੇ ਵਿਸ਼ੇਸ਼ ਤੌਰ ਤੇ ਸਨਮਾਨ ਹੋਣਗੇ। ਬਾਈ ਵਾਹ ਉਧਰਲੇ ਪਾਸੇ ਫਿਰ ਕਹਿੰਦੇ ਨੇ 21-31 ਯਾਰੋ ਜਦੋਂ ਲੋਹੇ ਤੇ ਆਪਾਂ ਚਾਂਦੀ ਕੁੱਟੀ ਜਾਈਏ ਖੜਕਾ ਨਹੀਂ ਹੁੰਦਾ, ਲੋਹੇ ਤੇ ਆਪਾਂ ਪਿੱਤਲ ਕੁੱਟੀਏ ਖੜਕਾ ਘੱਟ ਹੁੰਦਾ, ਲੋਹੇ ਤੇ ਸੋਨਾ ਕੁੱਟੀਏ ਖੜਕਾ ਘੱਟ ਹੁੰਦਾ, ਜਦੋਂ ਲੋਹੇ ਤੇ ਲੋਹ ਵਜੇਗਾ ਖੜਕਾ ਬਹੁਤ ਜ਼ਿਆਦਾ ਹੋਵੇਗਾ। ਕਹਿਣ ਦਾ ਭਾਵ ਜਦੋਂ ਭਾਈ ਦੇ ਨਾਲ ਟੱਕਰ ਹੁੰਦੀ ਹੈ ਤਾਂ ਸਵਾਦ ਆ ਜਾਂਦਾ ਮਿੱਤਰੋ। ਆ ਕਾਲੂ ਸਲੀਨੇ ਵਾਲਾ ਕੌਡੀ ਪਾਉਣ ਦੇ ਲਈ ਸਵਾਦ ਲਿਆਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਉਧਰਲੇ ਪਾਸੇ ਪੱਬਾਂ ਭਾਰ ਹੋਏ ਬੈਠੇ ਨੇ ਮਾਲੇ ਨਗਰ ਦੇ ਦਰਸ਼ਕ, ਜੋ ਜਿਹੜੇ ਆਨੰਦ ਲੈ ਰਹੇ ਨੇ ਖੇਡ ਕਬੱਡੀ ਦਾ ਕਬੱਡੀ 365.com ਦੇ ਜ਼ਰੀਏ। ਅੱਜ ਪੱਬਾਂ ਭਾਰ ਹੋ ਗਏ ਨੇ ਦਰਸ਼ਕ ਜਿਹੜੇ ਕਬੱਡੀ 365.com ਦੇ ਜ਼ਰੀਏ ਅੱਜ ਆਪੋ ਆਪਣੇ ਲੈਪਟਾਪ ਖੋਲ ਕੇ ਆਪੋ ਆਪਣੇ ਸੈੱਟ ਖੋਲ ਕੇ ਦੇਖ ਰਹੇ ਨੇ ਚੱਲਦੇ ਮੈਚਾਂ ਨੂੰ। ਟਰੈਕਟਰ ਜਿਹੜਾ ਚਲਾ ਕੇ ਮੈਦਾਨ ਦੇ ਨੇੜੇ ਲਿਆਂਦਾ ਜਾਵੇ, ਪਾਣੀ ਦਾ ਜਿਹੜਾ ਛਿੜਕਾ ਕਰਨਾ, ਸੋ ਧੰਨਵਾਦ ਹੈ। ਔਰ ਉਧਰਲੇ ਪਾਸੇ ਸੁੱਖੀ ਭਗਤੇ ਵਾਲਾ ਨਾਉਨ ਨਹੀਂ ਰੀਸਾਂ,
ਇਹਨੂੰ ਕਹਿੰਦੇ ਆ ਵਾਹ ਕਬੱਡੀ ਦਾ ਲੋਹੇ ਉੱਤੇ ਲੀਕ ਵਰਗਾ ਪੁਆਇੰਟ ਲੈ ਕੇ ਭੱਜਦਾ ਹੋਇਆ ਕਿ ਨੱਚਦੀ ਜਵਾਨੀ ਚੰਗੀ ਜੱਚਦਾ ਬੁਢਾਪਾ ਸਿਆਣੀ ਗੱਲ ਕਰਨ ਦੀ ਗੱਲ ਹੈ ਮੋਰਚੇ ਚੋਂ ਫੌਜੀ ਦਾ ਬਰੂਦ ਮੁੱਕ ਜੇ ਬਿੰਨਿਆ ਨਿਸ਼ਾਨਾ ਜੇ ਸ਼ਿਕਾਰ ਉੱਕ ਜੇ ਪੈਂਦੀਆਂ ਚ ਮਿੱਤਰ ਕਰੇ ਜੇ ਪੱਖ ਨਾ ਪਰ ਰੱਬ ਦੀ ਸੋ ਆਦਮੀ ਚ ਰਹਿੰਦਾ ਕੱਖ ਨਾ ਰੱਬ ਦੀ ਸੋ ਆਦਮੀ ਚ ਰਹਿੰਦਾ ਕੱਖ ਨਾ ਮਾਨਯੋਗ ਸਰਦਾਰ ਜਗਮੋਹਨ ਸਿੰਘ ਜੀ ਟੂਰਨਾਮੈਂਟ ਕਮੇਟੀ ਧੰਨਾ ਸ਼ਹੀਦ ਵਾਲੇ ਖੇਤਰ ਤੇ ਪੁੱਜੇ ਨੇ ਉਹਨਾਂ ਦਾ ਅਸੀਂ ਹਾਰਦਿਕ ਧੰਨਵਾਦ ਕਰਦੇ ਹਾਂ ਮਾਨਯੋਗ ਸਰਦਾਰ ਜਗਮੋਹਨ ਸਿੰਘ ਜੀ ਸੋ ਟੂਰਨਾਮੈਂਟ ਕਮੇਟੀ ਧੰਨਾ ਸ਼ਹੀਦ ਵਾਲੇ ਖੇਤਰ ਤੇ ਪੁੱਜੇ ਨੇ ਵੱਡਾ ਧੰਨਵਾਦ ਹੈ ਚਾਲੇ ਨਾ ਆਈਏ ਨਾ ਪਾ ਕੌਡੀਆਂ ਉਧਰਲੇ ਪਾਸੇ ਕੌਡੀ ਪਾਉਣ ਦੇ ਲਈ ਗੁਰਜੀਤ ਸਲੀਨੇ ਪਿੰਡ ਦਾ ਕੌਡੀ ਪਾਉਂਦਾ ਹੋਇਆ ਮੈਦਾਨ ਦੇ ਵਿੱਚ ਚਾਲੇ ਨਾ ਆਈਏ ਨਾ ਬਾਬਾ ਹੀਰਾ ਦਾਸ ਕਬੱਡੀ ਕਲੱਬ ਮਾਹਲਾ ਕਲਾਂ ਤੇ ਜੰਡਵਾਲਾ ਬਾਬਾ ਹੀਰਾ ਦਾਸ ਕਬੱਡੀ ਕਲੱਬ ਮਾਹਲਾ ਕਲਾਂ ਤੇ ਜੰਡਵਾਲਾ ਦੋਵੇਂ ਟੀਮਾਂ ਜਿਹੜੀਆਂ ਵੇਟਿੰਗ ਰੂਮ ਦੇ ਵਿੱਚ ਪੁੱਜੀਆਂ ਅਗਲਾ ਮੈਚ ਉਹਨਾਂ ਦਾ ਹੈ ਬਾਬਾ ਹੀਰਾ ਦਾਸ ਕਬੱਡੀ ਕਲੱਬ ਸੋ ਸੋਰੀ ਜਲਾਲਾਬਾਦ ਤੇ ਪੱਕੀ ਕਲਾਂ ਦਾ ਅਗਲਾ ਜਿਹੜਾ ਮੈਚ ਜਲਾਲਾਬਾਦ ਤੇ ਪੱਕੀ ਕਲਾਂ ਦਾ ਹੈ ਉਸ ਤੋਂ ਬਾਅਦ ਮਾਹਲਾ ਕਲਾਂ ਤੇ ਬਾਬਾ ਹੀਰਾ ਦਾਸ ਕਬੱਡੀ ਕਲੱਬ ਦਾ ਜੰਡਵਾਲੇ ਦੇ ਨਾਲ ਮੈਚ ਹੈ ਇਹ ਟੀਮਾਂ ਵੀ ਗਰਾਊਂਡ ਦੇ ਨੇੜੇ ਰਹਿਣ ਸੋ ਜਲਾਲਾਬਾਦ ਤੇ ਪੱਕੀ ਕਲਾਂ ਇਹ ਵੇਟਿੰਗ ਰੂਮ ਦੇ ਵਿੱਚ ਸ਼ੰਟੂ ਨੀਲਾ ਧੰਨਾ ਜੀ ਸੋ ਨੇੜੇ ਰਹੋ ਸੋ ਧੰਨਵਾਦ ਤੁਹਾਡਾ ਔਰ ਨਾਲ ਤੋਂ ਅਗਲਾ ਮੈਚ ਤੁਹਾਡਾ ਹੋਵੇਗਾ ਜਲਾਲਾਬਾਦ ਦਾ ਮੋਹਣੇ ਵਰਗੇ ਪੁੱਜ ਗਏ ਨੇ ਦੀਪਿਆ ਅੱਜ ਕਮਾਲ ਦੀਆਂ ਕੌਡੀਆਂ ਤੇ ਕਮਾਲ ਦੇ ਜਫੇ ਤੇਰੇ ਨਗਰ ਦੇ ਵਿੱਚ ਲੱਗਦੇ ਨੇ ਨਹੀਂ ਰੀਸਾ ਵਾਹ ਇੱਕ ਪਾਸੇ ਸੁੱਕੀ ਭਗਤੇ ਵਾਲਾ ਦੂਜੇ ਪਾਸੇ ਸਲੀਨੇ ਪਿੰਡ ਦਾ ਜਾਫੀ ਆਹ ਲੋਹਾ ਲੈਂਦਾ ਹੋਇਆ ਪਰ ਬੰਨ ਕੇ ਬ੍ਰੇਕ ਮੋੜਤੀ ਜਿਹੜਾ ਆਉਂਦਾ ਸੀ ਨੱਬੇ ਦੇ ਉੱਤੇ ਛੱਡੀ ਬੰਨ ਕੇ ਬ੍ਰੇਕ ਮੋੜਤੀ ਅੰਕ ਸੁੱਕੀ ਭਗਤੇ ਭਾਈ ਵਾਲੇ ਦੇ ਖਾਤੇ ਓਪਨ ਵਰਗ ਦੀਆਂ ਜਿੰਨੀਆਂ ਵੀ ਟੀਮਾਂ ਇੱਥੇ ਪਹੁੰਚੀਆਂ ਨੇ ਉਹ ਆਪੋ ਆਪਣੀ ਐਂਟਰੀ ਫੀਸ ਜ਼ਰੂਰ ਜਮ੍ਹਾਂ ਕਰਵਾ ਦੇਣ ਸਾਡੇ ਕੋਲੇ ਵੱਡਾ ਧੰਨਵਾਦ ਹੈ ਸੋ ਓਪਨ ਵਰਗ ਦੀਆਂ ਜਿੰਨੀਆਂ ਵੀ ਟੀਮਾਂ ਇੱਥੇ ਪੁੱਜੀਆਂ ਨੇ ਆਪੋ ਆਪਣੀ ਐਂਟਰੀ ਸਾਡੇ ਕੋਲੇ ਜ਼ਰੂਰ ਜਮ੍ਹਾਂ ਕਰਵਾ ਦੇਣ ਸੋ ਵੱਡਾ ਧੰਨਵਾਦ ਹੈ ਉਧਰਲੇ ਪਾਸੇ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਅੱਜ ਪਤਾ ਲੱਗਦਾ ਹੈ ਕਹਿੰਦੇ ਨੇ ਕੌਣ ਕੌਣ ਕਿਹਦੀਆਂ ਬਾਹਾਂ ਦੇ ਵਿੱਚ ਕਿੰਨਾ ਕੋ ਦਮ ਹੈ ਕਮਾਲ ਦੀਆਂ ਕੌਡੀਆਂ ਦੇ ਵਿੱਚ ਕਿਹੋ ਜਿਹਾ ਜੱਫਾ ਜਾਂ ਕਿਹੋ ਜਿਹਾ ਤਫਾ ਲਾਵੇਗਾ ਅੰਕ ਧਾਵੀ ਦੇ ਖਾਤੇ ਸਲੀਨੇ ਵਾਲਾ ਕਾਲੂ ਭਾਵੇਂ ਜਿਵੇਂ ਕਹਿੰਦੇ ਨੇ ਵੀ ਲੰਘੇ ਡੰਗ ਹਲਕੇ ਹਲਕੇ ਕਦਮਾਂ ਦੇ ਨਾਲ ਹੀ ਗਿਆ ਪਰ ਪੁਆਇੰਟ ਜਿਹੜਾ ਡਾਂਗ ਵਰਗਾ ਆਪਣੇ ਖਾਤੇ ਦੇ ਵਿੱਚ ਜੋੜਦਾ ਹੋਇਆ ਅਗਲੀ ਕਬੱਡੀ ਗੁਰਜੀਤ ਸਲੀਨੇ ਪਿੰਡ ਵਾਲਾ ਚੱਲ ਲਾਈਨ ਪਾ ਕਬੱਡੀਆਂ ਵਾਕਈ ਕਹਿੰਦੇ ਨੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਖੇਡ ਕਬੱਡੀ ਦੀ ਦਿਲਵਾਲ ਸਿੰਘ ਗੱਜਣ ਵਾਲਾ ਇਹ ਮਾਇਕ ਤੇ ਬੋਲਣ ਦੇ ਲਈ ਪੁੱਜ ਜਾਵੇ ਦਿਲਵਾਲ ਸਿੰਘ ਜੀ ਗੱਜਣ ਵਾਲਾ ਅਗਲੇ ਮਾਇਕ ਦੇ ਲਈ ਮੈਦਾਨ ਦੇ ਵਿੱਚ ਪਹੁੰਚ ਜਾਵੇ ਦਿਲਵਾਲ ਸਿੰਘ ਜੀ ਗੱਜਣ ਵਾਲਾ ਬੂਟਾ ਛੋਟਾ ਵੀਰ ਬੂਟਾ ਉਮਰੀਆਣਾ ਉਹ ਮਾਇਕ ਦੇ ਉੱਤੇ ਬੋਲਣ ਦੇ ਲਈ ਪੁੱਜ ਜਾਵੇ ਮੈਦਾਨ ਦੇ ਵਿੱਚ ਬੂਟਾ ਉਮਰੀਆਣਾ ਆ ਜਾ ਵੀਰ ਸੋ ਸਾਡਾ ਬਹੁਤ ਹੀ ਪਿਆਰਾ ਵੀਰ ਹੈ ਜ਼ਿੰਦਗੀ ਦੇ ਪਰਮ ਪਿਆਰੇ ਮਿੱਤਰ ਆ ਜਿਵੇਂ ਕਹਿੰਦੇ ਨੇ ਯਾਰ ਹੁੰਦੇ ਨੇ ਯਾਰਾਂ ਦੀਆਂ ਬਾਹਾਂ ਤੇ ਯਾਰਾਂ ਬਾਝੋਂ ਜੱਗ ਸਕਣਾ ਉਹਵੇਂ ਸਾਡਾ ਜੁੰਡੀ ਦਾ ਯਾਰ ਬੂਟਾ ਉਮਰੀਆਣਾ ਉਹ ਵੀ ਖੇਤਰ ਤੇ ਪੁੱਜ ਗਿਆ ਉਹਦਾ ਵੱਡਾ ਧੰਨਵਾਦ ਆਪਣੇ ਪਰਮ ਪਿਆਰੇ ਮਿੱਤਰ ਨੂੰ ਮਾਇਕ ਸੰਭਾਲਣ ਜਾ ਰਹੇ ਹਾਂ ਇਸ ਮੈਚ ਤੋਂ ਤੁਰੰਤ ਬਾਅਦ ਸੋ ਚਾਲੋ ਲਾਈ ਜਾਂਦਾ ਇਧਰਲੇ ਪਾਸੇ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਜਾਂਦਾ ਹੋਇਆ ਚਾਲੇ ਲਾਈ ਜਾਂਦਾ ਪਾ ਅਗਲੀ ਕਬੱਡੀ ਫਿਰ ਕਾਲੂ ਅਗਲੀ ਕਬੱਡੀ ਪਾਵੇਗਾ ਮੈਦਾਨ ਦੇ ਵਿੱਚ ਜਿਵੇਂ ਕਹਿੰਦੇ ਨੇ ਖੇਡਣੀ ਹੋਵੇ ਕਬੱਡੀ ਤਾਂ ਦੁੱਧ ਡੇਰੀਏ ਨੇ ਪਾਈ ਦਾ ਤੋ ਮਾਗ ਵਿੱਚ ਛੱਡਣਾ ਪੈਂਦਾ ਨਿਗਰ ਜਾਈਦਾ ਜੇਠ ਹਾੜ ਵਿੱਚ ਸਹਿਣੀ ਪੈਂਦੀ ਹੈ ਧੁੱਪ ਦੀ ਮਾਰ ਮਿੱਤਰੋ ਬਣਨਾ ਸੌਖਾ ਨੀ ਕਬੱਡੀ ਦੇ ਸਟਾਰ ਮਿੱਤਰੋ ਬਣਨਾ ਸੌਖਾ ਨੀ ਕਬੱਡੀ ਦੇ ਸਟਾਰ ਮਿੱਤਰੋ ਕੌਡੀ ਦੇ ਮੈਦਾਨ ਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਜ਼ੋਰ ਲੱਗ ਚੁੱਕਿਆ ਬੱਲੇ ਬੱਲੇ ਹੋ ਜਾਵੇਗੀ ਆ ਕਮਾਲ ਦੀ ਕੌਡੀ ਤੇ ਕਮਾਲ ਦਾ ਜਫਾ ਬਈ ਵਾਹ ਬੁੱਲਿਆ ਉਹ ਇਸ਼ਕ ਦੀ ਲੰਮੀ ਖਜੂਰ ਹੈ ਚੜ ਗਿਆ ਤਾਂ ਪੀਏਗਾ ਪ੍ਰੇਮ ਰਸ ਡਿੱਗ ਪਿਆ ਤਾਂ ਚਕਣਾ ਚੂਰ ਹੈ ਮਾਇਕ ਤੇ ਬੂਟਾ ਚਾਲੇ ਲਾਈ ਜਾਂਦਾ ਪਾ ਅਗਲੀ ਕੌਡੀ ਉਧਰਲੇ ਪਾਸੇ ਕੌਡੀ ਪਾਉਣ ਦੇ ਲਈ ਗੁਰਜੀਤ ਸਿੰਘ ਸਲੀਨੇ ਦੀ ਧਰਤੀ ਕਹਿੰਦੇ ਨੇ ਵੀ ਅੱਜ ਆਪਣੇ ਪਿੰਡ ਦੇ ਵਿਰੁੱਧ ਕੌਡੀਆਂ ਪਾ ਰਿਹਾ ਹੈ ਕੰਡਿਆਲ ਦਾ ਪੁੱਤ ਬਣ ਕੇ ਜਿਸ ਪਿੰਡ ਦੇ ਕਹਿੰਦੇ ਨੇ ਵੀ ਖੇਡ ਕਬੱਡੀ ਦੇ ਵਿੱਚ ਸੀਤੇ ਵਰਗੇ ਵਧੀਆ ਖਿਡਾਰੀ ਨੇ ਅੱਜ ਸੋ ਮੇਰੇ ਵੱਲੋਂ 24 ਤਰੀਕ ਕਬੱਡੀ 365.com ਦੇ ਸਾਡੇ ਪ੍ਰਬੰਧਕਾਂ ਨੂੰ ਬੇਨਤੀ ਹੈ ਜਿਹੜਾ ਨੈੱਟ ਬੰਦ ਹੋ ਚੁੱਕਿਆ ਪਰ ਉਹ ਫੋਨ ਆ ਰਹੇ ਨੇ
ਉਹ ਜ਼ਰੂਰ ਜਿਹੜਾ ਚੱਲਦਾ ਕਰ ਦੇਣ। ਸੋ ਧੰਨਵਾਦ ਕਬੱਡੀ 365.com ਦੇ ਸਾਡੇ ਸੁੱਖਾ ਜੀ ਹੋਰੀ, ਸਾਡੇ ਬਹੁਤ ਹੀ ਪਿਆਰੇ ਵੀਰ ਨੇ ਪ੍ਰਦੀਪ ਜੀ ਹੋਰੀ, ਉਹਨਾਂ ਨੂੰ ਬੇਨਤੀ ਹੈ, ਗੁਜ਼ਾਰਿਸ਼ ਹੈ ਕਿ ਨੈੱਟ ਜਿਹੜਾ ਬੰਦ ਹੋ ਚੁੱਕਿਆ ਉਹ ਚੱਲਦਾ ਕਰ ਦਿੱਤਾ ਜਾਵੇ। ਚੱਲ ਨਾ ਜੀ ਨਾ ਉਧਰਲੇ ਪਾਸੇ ਕਹਿੰਦੇ ਨੇ ਵੀ ਆ ਮੋਟੇ ਪੱਟਾਂ ਨੂੰ ਸੰਨ ਲਾ ਕੇ ਜਾਨਦਾਰ ਜਫਾ ਲਾ ਕੇ ਅੰਕ ਆਪਣੇ ਖਾਤੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਕੋਸ਼ਿਸ਼ ਨੂੰ ਕਾਮਯਾਬੀ ਮਿਲ ਗਈ, ਅੰਕ ਮੇਰੇ ਵੀਰੋ ਜਾਫੀ ਦੇ ਖਾਤੇ। ਔਰ ਅਗਲੀ ਕਬੱਡੀ ਸੁੱਖੀ ਤਖਤੇ ਭਾਈ ਪਿੰਡ ਵਾਲਾ ਨਾਲੀਅਨ ਪੁੱਤ ਬਣ ਕੇ ਖੰਡਿਆਲ ਦਾ ਕਾਉਡੀ ਦੇ ਮੈਦਾਨ ਦੇ ਵਿੱਚ ਜਿਵੇਂ ਕਹਿੰਦੇ ਨੇ ਕੂਕਦੀ ਤੇ ਸ਼ੁਕਦੀ ਜਵਾਨੀ, ਮਿੱਤਰੋ ਆਹ ਦੇਖ ਲੈ ਕੂਕਦੀ ਤੇ ਸ਼ੁਕਦੀ ਜਵਾਨੀ ਤੇ ਫਸ ਗਈਆਂ ਕੁੰਡੀਆਂ, ਬਾਹਰ ਬੈਠੇ ਲੋਕੀ ਅੱਜ ਗੱਲਾਂ ਕਰਦੇ ਨੇ ਟੀਮਾਂ ਦੋਨੋਂ ਚੰਗੀਆਂ, ਕਿਹੜਾ ਪਾਊਗਾ ਕਬੱਡੀ ਕਿਹੜਾ ਲਾਊਗਾ ਜੱਪੇ ਯਾਰੋ ਚੁੱਕ ਚੁੱਕ ਕੇ ਜਿਹਦੀਆਂ ਪੱਟਾਂ ਦੇ ਵਿੱਚ ਜਾਣ ਮਿੱਤਰੋ ਉਹਨੇ ਜਾਣਾ 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 ਜਿੱਤ ਕੇ, ਜਿਹਦੀਆਂ ਪੱਟਾਂ ਦੇ ਵਿੱਚ ਜਾਣ ਮਿੱਤਰੋ ਉਹਨੇ ਜਾਣਾ ਜਿੱਤ ਕੇ। ਮੈਚ ਸਮਾਪਤ ਹੈ, ਕਿਹੜੀ ਟੀਮ ਜੇਤੂ ਆ ਬਾਈ ਜੀ? ਸਲੀਨਾ ਸਲੀਨਾ ਜੇਤੂ ਅਤੇ ਅੰਕ ਵੀ ਦੱਸ ਦੇ। ਬਾਬਾ ਹਰੀ ਰਾਮ ਜੀ ਵੱਲੋਂ 100 ਰੁਪਇਆ ਸਜਾਤੀ ਦੇ ਲਈ ਹੈ, ਜਿਹੜੇ ਜਾਫੀ ਨੇ ਹੁਣ ਜਫਾ ਲਾਇਆ 100 ਰੁਪਇਆ ਕੰਡਿਆਲ ਵਾਲਿਆਂ ਦੇ ਹੈ, ਉਹ ਵੀ ਆਪਣਾ ਮਾਨ ਸਨਮਾਨ ਲੈ ਜਾਣ। 15 ਜਿਹੜੇ ਪੁਆਇੰਟ ਨੇ ਉਹ ਕੰਡਿਆਲ ਦੇ ਨੇ, 15.5 ਪੁਆਇੰਟ ਸਲੀਨੇ ਦੇ ਨੇ, ਅੱਧੇ ਪੁਆਇੰਟ ਦਿੱਤੇ ਸਲੀਨਾ ਜੇਤੂ ਹੈ ਜੀ। ਤਾੜੀਆਂ ਮਾਰ ਦਿਓ ਦਰਸ਼ਕੋ, ਕਿਉਂਕਿ ਖਿਡਾਰੀ ਨੂੰ ਤਾੜੀ, ਜਥੇਦਾਰ ਨੂੰ ਦਾੜੀ ਤੇ ਬੰਗਾਲਣ ਨੂੰ ਸਾੜੀ ਘਿਓ ਵਾਂਗੂ ਲੱਗਦੀਆਂ ਨੇ, ਇਸ ਕਰਕੇ ਤਾੜੀ ਜਿਹੜੀ ਖੁੱਲ੍ਹ ਕੇ ਮਾਰ ਦਿਓ ਮਾਈਕ ਤੇ ਬੂਟਾ ਜੀ। ਜ਼ਿਲ੍ਹੇ ਮੋਗੇ ਦੀ ਬੁੱਕਲ ਦਾ ਨਿੱਘ ਮਾਣਦਾ ਹੋਇਆ ਪਿੰਡ ਮਾਹਲਾ ਕਲਾਂ ਦੀ ਧਰਤੀ ਤੇ ਅੱਜ ਰੌਣਕਾਂ ਲੱਗੀਆਂ ਨੇ। ਸਾਧੂ ਹੁੰਦੇ ਨੇ ਸਰੂਪ ਸੱਚੇ ਰੱਬ ਦਾ, ਇਹ ਤਾਂ ਮੰਗਦੇ ਨੇ ਭਲਾ ਸਾਰੇ ਜੱਗ ਦਾ ਤੇ ਜੱਗ ਤਾਂ ਹੀ ਤਾਰ ਦਿੰਦੇ ਨੇ। ਨਿਗਾਹ ਮਾਰ ਕੇ ਸਵੱਲੀ ਇਹ ਬੂਟਿਆਂ ਕੁੱਲਾਂ ਨੂੰ ਸਵਾਰ ਦਿੰਦੇ ਨੇ। ਅੱਜ ਰੌਣਕਾਂ ਸੰਤ ਬਾਬਾ ਹੀਰਾ ਦਾਸ ਜੀ ਤੇ ਸਿੱਖ ਕੌਮ ਪੰਜਾਬੀਅਤ ਲਈ ਵੱਡੇ ਮਾਣ ਵਾਲੀ ਗੱਲ ਹੈ। ਸ਼ਹੀਦ ਸੂਬੇਦਾਰ ਸਰਦਾਰ ਜੋਗਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਮਾਹਲਾ ਕਲਾਂ ਦੀ ਧਰਤੀ ਤੇ ਕਬੱਡੀ ਦਾ ਜਿਹੜਾ ਮਹਾਕੁੰਭ ਆਏ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਿੰਨੇ ਵੀ ਪ੍ਰਵਾਸੀ ਵੀਰ ਹੈ ਸਮੁੱਚਾ ਨਗਰ, ਜਿਹਨਾਂ ਦਾ ਬਹੁਤ ਵੱਡਾ ਯੋਗਦਾਨ ਇਹ ਕਬੱਡੀ ਟੂਰਨਾਮੈਂਟ ਕਰਵਾਉਣ ਦੇ ਵਿੱਚ ਹੈ, ਉਹਨਾਂ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਕਬੱਡੀ ਦਾ ਜੋ ਅਗਲਾ ਮੈਚ ਕਬੱਡੀ ਦੇ ਖੇਡ ਮੈਦਾਨ ਵਿੱਚ ਜਲਾਲਾਬਾਦ ਤੇ ਪੱਖੀ ਕਲਾਂ ਦੀਆਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਹੈ। ਪੂਰੀ ਦੁਨੀਆਂ ਦੇ ਵਿੱਚ ਟੈਲੀਕਾਸਟ ਕੀਤਾ ਜਾ ਰਿਹਾ ਹੈ ਕਬੱਡੀ ਦਾ ਮਹਾਕੁੰਭ 365 kabaddi.com ਦੇ ਜ਼ਰੀਏ। ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸਰਦਾਰ ਮੇਜਰ ਸਿੰਘ ਜੀ ਬਰਾੜ ਸਾਹਿਬ, ਕਬੱਡੀ ਦੇ ਮਹਾਨ ਪ੍ਰਮੋਟਰ, ਉਹਨਾਂ ਦੇ ਨਾਲ ਕਰਮਪਾਲ ਸਿੱਧੂ ਲੰਡੇਗੇ, ਨਾਲ ਸਾਡੇ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਸਾਹਿਬ, ਪੰਜ ਗ੍ਰਾਈ ਕਲਾਂ ਤੇ ਸਾਡੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਰਦਾਰ ਜੁਗਰਾਜ ਸਿੰਘ ਜੀ ਬਰਾੜ ਸਾਹਿਬ ਮਾਹਲਾ ਖੁਰਦ, ਉਹਨਾਂ ਦੇ ਨਾਲ ਗੁਰਲਾਲ ਸਿੰਘ ਜੀ ਮਾਣੂ ਕੇ ਕਬੱਡੀ ਦੇ ਮਹਾਨ ਪ੍ਰਮੋਟਰ, ਔਰ ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਇਸ ਕਬੱਡੀ ਨੂੰ ਤੱਕਣ ਆਈਆਂ ਕਿ ਗੱਲ ਸੱਚੀ ਸੱਚਿਆਂ ਦੀ ਦੱਬ ਕੇ ਬਾਹੀਏ, ਰੱਜ ਕੇ ਖਾਈਏ, ਥੋੜਾ ਖਾਈਏ ਖਰਚ ਲਈਏ, ਥੋੜਾ ਦਾਨ ਪੁਣ ਤੇ ਲਾਈਏ, ਬੇਸ਼ੁਕਰੇ ਨਾ ਹੋਈਏ, ਕਿਸੇ ਦੀ ਯਾਰ ਮਾਰ ਨਾ ਕਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾ ਕਰੀਏ। ਔਰ ਜਿੱਧਰਲੇ ਬੰਨੇ ਬਾਬਾ ਜੀ ਦੀ ਜਗ੍ਹਾ, ਉਧਰਲੀ ਸਾਈਡ ਪੱਖੀ ਕਲਾਂ ਦੀ ਟੀਮ ਹੈ ਤੇ ਚੜ੍ਹਦੇ ਵਾਲੀ ਸਾਈਡ ਜਲਾਲਾਬਾਦ ਦੀ ਟੀਮ ਹੈ। ਖੇਡਾਂ ਵਿੱਚੋਂ ਖੇਡ ਵੱਡੀ, ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਆ ਲਾ ਕੇ ਪੂਰੀ ਜਾਨ ਮਿੱਤਰੋ, ਇਹ ਹੈ ਕਬੱਡੀ ਪੰਜਾਬੀਆਂ ਦੀ ਮਾਂ ਖੇਡ। ਉਧਰਲੇ ਬੰਨੇ ਸਰਦਾਰ ਮਨਮੋਹਨ ਸਿੰਘ ਜੀ ਧਾਨਾ ਸ਼ਹੀਦ, ਔਰ ਕਬੱਡੀ ਦੇ ਵਿੱਚ ਵੱਡੀ ਦੇਣ ਹੈ ਇਸ ਏਰੀਏ ਦੇ ਜਿਹੜੇ ਫਿਰੋਜ਼ਪੁਰ ਮੋਗੇ ਨੂੰ। ਪਹਿਲੀ ਕਬੱਡੀ ਦੇ ਉੱਪਰ ਕੀਤਾ ਕੋੜ ਕੋੜ ਵਾਲਾ ਫੈਸਲਾ ਕਰ ਚੁੱਕਾ ਹੈ ਵੀ ਪੁਆਇੰਟ ਪੱਖੀ ਕਲਾਂ ਦਾ ਜ਼ਿਲ੍ਹੇ ਫਰੀਦਕੋਟ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਉੱਥੇ ਅੱਜ ਬਹੁਤ ਵੱਡਾ ਸਤਿਕਾਰ ਹੈ ਸਰਦਾਰ ਹਾਕਮ ਸਿੰਘ ਜੀ ਟੋਨਾ ਬਾਰੇਵਾਲ, ਉਹਨਾਂ ਦੇ ਨਾਲ ਹਰਭਗਵਾਨ ਸਿੰਘ ਜੀ ਰਾਮੂ ਵਾਲਾ ਕਬੱਡੀ ਕੋਚ, ਔਰ ਇਸ ਨਗਰ ਦੀਆਂ ਮਾਨ ਤੇ ਸਤਿਕਾਰਯੋਗ ਸ਼ਖਸੀਅਤਾਂ ਪੈਦਾ ਸਰਦਾਰ ਤੀਰ ਸਿੰਘ ਜੀ ਮਾਹਲਾ ਸਾਹਿਬ, ਮੁੱਖ ਸੇਵਾਦਾਰ ਬਾਬਾ ਹਰੀ ਰਾਮ ਜੀ ਤੇ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ, ਸੁਖਪ੍ਰੀਤ ਸਿੰਘ ਜੀ ਸੁੱਖਾ ਸੇਵਾਦਾਰ, ਮਿੰਟੂ ਸਰਪੰਚ ਬੀਲਾ। ਲਓ ਕਬੱਡੀ ਦੇ ਖੇਡ ਮੈਦਾਨ ਵਿੱਚ ਨਾਲ ਹੀ ਜਿੰਨੀਆਂ ਕਬੱਡੀ ਓਪਨ ਦੀਆਂ ਟੀਮਾਂ ਸਾਡੇ ਦਰਮਿਆਨ ਪੁੱਜੀਆਂ ਨੇ, ਜਲਦੀ ਦੇ ਨਾਲ ਉਹ ਟੀਮਾਂ ਸਾਡੀ ਟੈਕਨੀਕਲ ਸਟੇਜ ਦੇ ਉੱਪਰ ਐਂਟਰ ਹੋ ਜਾਣ। ਇਹ ਕੁਝ ਮੈਚਾਂ ਤੋਂ ਬਾਅਦ ਅਸੀਂ ਸ਼ੁਰੂਆਤ ਕਰਾਂਗੇ ਪਿੰਡ ਪੱਧਰ ਓਪਨ ਦੇ ਮੈਚਾਂ ਦੀ। ਪੰਜਾਬ ਭਰ ਦੇ ਖਿਡਾਰੀ ਇਸ ਧਰਤੀ ਤੇ ਖੇਡ ਕੇ ਮਾਣ ਮਹਿਸੂਸ ਕਰਦੇ ਹੈ। ਧੰਨਾ ਸ਼ਹੀਦ ਦੇ ਕਾਇਮ ਜਿਹੜੇ ਪ੍ਰਬੰਧ
ਅੱਜ ਉਹਨਾਂ ਪ੍ਰਬੰਧਾਂ ਨੂੰ ਲੈ ਕੇ ਸਾਡੇ ਮਨਮੋਹਨ ਸਿੰਘ ਜੀ ਪੁੱਜੇ ਹੋਏ ਹੈ ਮਾਹਲਾ ਕਲਾਂ ਦੀ ਧਰਤੀ ਤੇ ਉਹਨਾਂ ਨੂੰ ਵੀ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮਾਹਲਾ ਕਲਾਂ ਦੇ ਇਸ ਕਬੱਡੀ ਟੂਰਨਾਮੈਂਟ ਤੇ ਜਿੰਨੀਆਂ ਵੀ ਹਾਰਦਿਕ ਸ਼ੁਭਕਾਮਨਾਵਾਂ ਪੁੱਜੀਆਂ ਸਾਰਿਆਂ ਨੂੰ ਇੱਥੇ ਪੁੱਜਣ ਤੇ ਧੰਨਵਾਦ ਪਾ ਵੀ ਨੌਜਵਾਨਾਂ ਕਬੱਡੀ ਫਰੀਦਕੋਟ ਤੇ ਮੋਗੇ ਦੀਆਂ ਟੀਮਾਂ ਦੇ ਦਰਮਿਆਨ ਪੰਜਾਬ ਦੇ 22 ਜ਼ਿਲ੍ਹੇ ਤੇ 22ਾਂ ਵਿੱਚੋਂ ਦੋ ਜਿਹੜੇ ਜ਼ਿਲ੍ਹੇ ਕਬੱਡੀ ਦੇ ਖੇਡ ਮੈਦਾਨ ਵਿੱਚ ਪਿੜਨ ਜਾ ਰਹੇ ਹੈ ਮੋਗਾ ਤੇ ਫਰੀਦਕੋਟ ਮਾਹਲਾ ਕਲਾਂ ਦੇ ਜੰਡ ਵਾਲਾ ਇਸ ਤੋਂ ਅਗਲੇ ਮੈਚ ਦੀਆਂ ਟੀਮਾਂ ਉਹ ਵੀ ਆਪਣੀ ਤਿਆਰੀ ਕਰਕੇ ਕਬੱਡੀ ਦੇ ਖੇਡ ਮੈਦਾਨ ਵਿੱਚ ਵੇਟਵਾਲ ਦੇ ਨੇੜੇ ਪੁੱਜ ਜਾਣ ਮਾਹਲਾ ਕਲਾਂ ਮੇਜਵਾਨ ਨਗਰ ਤੇ ਜੰਡ ਵਾਲਾ ਔਰ ਨਾਲ ਹੀ ਕਬੱਡੀ ਦੇ ਪੁਰਾਣੇ ਪਲੇਅਰ ਹਰਦੀਪ ਸਿੰਘ ਜੀ ਬਰਾੜ ਤੇ ਸਰਦਾਰ ਹਾਕਮ ਸਿੰਘ ਜੀ ਢਿੱਲੋਂ ਸਾਹਿਬ ਜਿਹਨਾਂ ਦੇ ਸਪੁੱਤਰ ਦੇ ਵੀ ਚਰਚੇ ਵਿਦੇਸ਼ਾਂ ਦੀ ਧਰਤੀ ਤੇ ਪਾਲ ਮਾਹਲੇ ਵਾਲੇ ਦਾ ਨਾਮ ਕਬੱਡੀ ਦੇ ਪੋਟਿਆਂ ਦੇ ਗਿਣੇ ਜਾਣ ਵਾਲੇ ਪਲੇਅਰਾਂ ਦੇ ਵਿੱਚ ਆਉਂਦਾ ਹੈ ਅੱਜ ਉਹ ਸਵੀਰ ਦੇ ਨਗਰ ਰੌਣਕਾਂ ਲੱਗੀਆਂ ਮੈਂ ਬੇਨਤੀ ਕਰਾਂਗਾ ਜਿਹੜਾ ਜਲਦੀ ਇਹ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਕੋਈ ਵੀ ਪਲੇਅਰ ਚਗਨਾਈ ਵਾਲੀ ਚੀਜ਼ ਲਾ ਕੇ ਗਰਾਊਂਡ ਦੇ ਵਿੱਚ ਨਾ ਆਵੇ ਸਾਡੇ ਉਸਤਾਦ ਜੀ ਗੱਬਰ ਸਾਉਂਡ ਉਮਰੀ ਆਣੀ ਦੀ ਬਾਜ ਅੱਜ ਪੂਰੀ ਦੁਨੀਆ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਜੀ ਧਾਨਾ ਸ਼ਹੀਦ 1100 ਰੁਪਇਆ ਸਮੁੱਚੀ ਕਮੇਟੀ ਲਈ ਮਾਨ ਸਨਮਾਨ ਵੱਡਾ ਧੰਨਵਾਦ ਕਰਦੇ ਹਾਂ 100 ਰੁਪਏ ਦਾ ਮਾਨ ਸਨਮਾਨ ਮੇਰੇ ਬੋਲਾਂ ਤੋਂ ਖੁਸ਼ ਹੋ ਕੇ ਉਹਨਾਂ ਨੇ ਭੇਜਿਆ 30 ਤਰੀਕ ਨੂੰ ਆਪਣੇ ਪਿੰਡ ਤਰਕਸ਼ੀਲ ਦਾ ਜਿਹੜਾ ਮੇਲਾ ਕਰਵਾ ਰਹੇ ਹੈ ਉੱਥੇ ਵੀ ਆਪ ਸਭ ਨੂੰ ਸੱਦੇ ਹੈ ਕਾਮਰੇਡਾਂ ਦਾ ਰਾਮ ਉਹਨੂੰ ਪਟਵਾਰੀ ਸਾਹਿਬ ਯਾਦ ਕਰਦੇ ਹੈ ਔਰ ਦਫ਼ਤਰ ਬੁਲਾਇਆ ਗਿਆ ਪਟਵਾਰੀ ਸਾਹਿਬ ਨੇ ਕਾਮਰੇਡਾਂ ਦੇ ਰਾਮ ਨੂੰ ਲਓ ਖੇਡ ਮੈਦਾਨ ਵਿੱਚ ਟੱਕੀਏ ਵੀ ਪੱਖੀ ਕਲਾਂ ਦੇ ਗੱਭਰੂ ਦੀ ਪਾਈ ਹੋਈ ਕਬੱਡੀ ਇੱਕ ਬੰਨੇ ਕਹਿੰਦੇ ਸੋਨਾ ਜਲਾਲਾਬਾਦ ਵਾਲਾ ਨੌਜਵਾਨ ਗੱਭਰੂ ਤੇ ਦੂਸਰੇ ਬੰਨੇ ਕਬੱਡੀ ਦੇ ਖੇਡ ਮੈਦਾਨ ਵਿੱਚ ਗਿਆਨੀ ਨੇ ਕਹਿੰਦੇ ਬਜਣੀ ਕਬੱਡੀ ਦੇ ਬਹੁਤ ਤਕੜੇ ਟੂਰਨਾਮੈਂਟ ਜਿੱਤੇ ਹੈ ਸੋਨਾ ਜਲਾਲਾਬਾਦ ਵਾਲਾ ਉਧਰਲੇ ਬੰਨੇ ਕਬੱਡੀ ਦੇ ਖੇਡ ਮੈਦਾਨ ਵਿੱਚ ਪਲਟੀਨਾ ਮੋਟਰਸਾਈਕਲ ਖੜਾ ਜੀ ਕਾਲੇ ਰੰਗ ਦਾ ਗੇਟ ਦੇ ਵਿੱਚ ਕਿਰਪਾ ਕਰਕੇ ਪਾਸੇ ਕਰ ਲਓ PB 29P 0245 ਇਹ ਨੰਬਰ ਦਾ ਪਲਟੀਨਾ ਮੋਟਰਸਾਈਕਲ ਹੈ ਜਿਹਦਾ ਵੀ ਹੈਗਾ ਕਿਰਪਾ ਕਰਕੇ ਉਹਨੂੰ ਸਾਈਡ ਤੇ ਕਰ ਲਿਆ ਜਾਵੇ ਕਿਉਂਕਿ ਪੰਜਾਬ ਭਰ ਦੀਆਂ ਟੀਮਾਂ ਤੇ ਪੰਜਾਬ ਭਰ ਦੇ ਦਰਸ਼ਕਾਂ ਨੇ ਇਸ ਧਰਤੀ ਤੇ ਅੱਜ ਕਬੱਡੀ ਦੇ ਆਨੰਦ ਮਾਣਨੇ ਹੈ ਨਾਲ ਹੀ ਪੂਰੀ ਦੁਨੀਆ ਦੇ ਵਿੱਚ ਟੈਲੀਕਾਸਟ ਕਬੱਡੀ ਦਾ ਮਹਾਕੁੰਭ ਅਵਤਾਰ ਬਰਾੜ ਜੀ ਲੰਗਿਆਣਾ ਉਹ ਵੀ ਕਬੱਡੀ ਨਾਲ ਜੁੜ ਚੁੱਕੇ ਆ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਸਾਹਿਬ ਉਹ ਵੀ ਸਿੱਧੀਆਂ ਤਾਰਾਂ ਜਿਸ ਕਬੱਡੀ ਦੇ ਖੇਡ ਮੈਦਾਨ ਦੇ ਨਾਲ ਮੇਜਰ ਭਲੂਰ ਹੋਰੀ ਨਾਲ ਖੇਡ ਮੈਦਾਨ ਵਿੱਚ ਲੱਗਾ ਹੋਇਆ ਜੱਫਾ ਤੇ ਅੰਕ ਪੱਖੀ ਕਲਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਧੰਨਾ ਪੱਖੀ ਵਾਲਾ ਅਗਲੀ ਕਬੱਡੀ ਪਾਉਣ ਲਈ ਵਾਧਾ ਹੋਇਆ ਇੱਕ ਗਗੜੇ ਦੀ ਧਰਤੀ ਦੇ ਧੰਨੇ ਨੇ ਧੰਨ ਧੰਨ ਕਰਵਾਈ ਹੈ ਇੱਕ ਧੰਨਾ ਸ਼ਹੀਦ ਨਗਰ ਹੈ ਜੀ ਨੇ ਕਬੱਡੀ ਕਰਾ ਕੇ ਧੰਨ ਧੰਨ ਕਰਵਾਈ ਹੈ ਆਹ ਖੇਡ ਮੈਦਾਨ ਵਿੱਚ ਪੱਖੀ ਕਲਾਂ ਦੇ ਗੱਭਰੂ ਦੀ ਪਾਈ ਹੋਈ ਕਬੱਡੀ ਮੇਰੇ ਤੋਂ ਪਹਿਲਾਂ ਜਸਵਿੰਦਰ ਆਸਾ ਬੁੱਟਰ ਜੀ ਦਲਬਾਗ ਗੱਜਣ ਵਾਲਾ ਗੁਰਪ੍ਰੀਤ ਸੱਦੇ ਵਾਲੇ ਦਾ ਤੇ ਜਨਾਬ ਮੱਖਣ ਅਲੀ ਜੀ ਚੇਚੇ ਤੌਰ ਤੇ ਅੱਜ ਇਸ ਕਬੱਡੀ ਦੇ ਮਹਾਂਕੁੰਭ ਵਿੱਚ ਪੁੱਜ ਰਹੇ ਹੈ ਜਨਾਬ ਮੱਖਣ ਅਲੀ ਜੀ ਉਹ ਵੀ ਚੇਚੇ ਤੌਰ ਤੇ ਅੱਜ ਇਸ ਕਬੱਡੀ ਦੇ ਮਹਾਂਕੁੰਭ ਵਿੱਚ ਪੁੱਜਣਗੇ ਇਹ ਟੂਰਨਾਮੈਂਟ ਪ੍ਰਬੰਧ ਕਮੇਟੀ ਦੀ ਬਦੌਲਤ ਅੱਜ ਪੰਜਾਬ ਭਰ ਦੀਆਂ ਉਹ ਕਹਿੰਦੇ ਟਾਪ ਦੀਆਂ ਟੀਮਾਂ ਇਸ ਕਬੱਡੀ ਦੇ ਖੇਡ ਮੈਦਾਨ ਵਿੱਚ ਭਿੜਨਗੀਆਂ ਬਜਰੀ ਕਬੱਡੀ ਦੇ ਮੁਕਾਬਲੇ ਦਾਲੇ ਤੇ ਵਾਧਾ ਹੋਇਆ ਤਵੀਤ ਖੇਡ ਮੈਦਾਨ ਵਿੱਚ ਦੇਖਾਂਗੇ ਚਾਰ ਜਾਫੀ ਤੇ ਮੋਗੇ ਵਾਲੇ ਦੀ ਪਾਈ ਫਿਰ ਕਬੱਡੀ ਦੇ ਕਰ ਮੁਕਾਬਲਾ ਹੰਦਿਆਂ ਵੱਲ ਭੱਜੂਗਾ ਕਿ ਨਹੀਂ ਆਓ ਦੇਖੋ ਕਬੱਡੀ ਦੇ ਖੇਡ ਮੈਦਾਨ ਵਿੱਚ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਤਾਂ ਸੰਭਾਲੇ ਸਾਥੋਂ ਜਾਂਦੇ ਨੋਟ ਨਹੀਂ ਕਿ ਕਦੇ ਪੱਲੇ ਕੱਖ ਨਾ ਕਮਾਈਆਂ ਰਹਿੰਦੀਆਂ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਮਿੱਤਰੋ ਚੜਾਈਆਂ ਰਹਿੰਦੀਆਂ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਨਾ ਖੇਡ ਮੈਦਾਨ ਵਿੱਚ ਬੰਦੇ ਦੇ ਵੀ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਆ ਕਬੱਡੀ ਦੇ ਪਲੇਅਰ ਦੇ ਵੀ ਦਿਨ ਚੰਗੇ ਮਾੜੇ ਆਉਂਦੇ ਰਹਿੰਦੇ ਆ ਕਿਤੇ ਪਲੇਅਰ ਤਗੜਾ ਹੋ ਜਾਂਦਾ ਕਿਤੇ ਮਾੜਾ ਹੋ ਜਾਂਦਾ ਆਹ ਕਬੱਡੀ ਦੇ ਖੇਡ ਮੈਦਾਨ ਵਿੱਚ ਜਲਾਲਾਬਾਦ ਪਿੰਡ ਸਿੰਧੂ ਨਾਮ ਇਸ ਜਾਫੀ ਦਾ ਆਹ ਕਬੱਡੀ ਦੇ ਖੇਡ ਮੈਦਾਨ ਵਿੱਚ ਜਲਾਲਾਬਾਦ ਤਹਿਸੀਲ ਧਰਮਕੋਟ ਦੇ ਏਰੀਏ ਦਾ ਗੱਭਰੂ ਉਧਰਲੇ ਬੰਨੇ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਪੱਖੀ ਵਾਲੇ ਦੇ ਹਿੱਸੇ ਲੱਖਾ ਜਿਹਾ ਪੁਆਇੰਟ ਨਾ ਖੇਡ ਮੈਦਾਨ ਵਿੱਚ ਤੱਕੀਏ ਵੱਖਰੀ ਜਿਹੀ ਗੱਲ ਅੱਜ ਐਨ ਗੋਲ ਜੇ ਦਾਇਰੇ ਤੇ ਵੱਡਾ ਪ੍ਰਬੰਧ ਕੀਤਾ ਗਿਆ ਵੱਡੇ ਵੱਡੇ ਟਰਾਲੇ ਲੱਗੇ ਹੋਏ ਆ ਦਰਸ਼ਕ ਵੀਰਾਂ ਦੇ ਬੈਠਣ ਦੇ ਲਈ ਔਰ ਐਨ ਸੱਜਰੀ ਬੈਤਰ ਸ਼ਿੰਗਾਰਿਆ ਹੋਇਆ ਮਾਹਲਾ ਕਲਾਂ ਦਾ ਖੇਡ ਮੈਦਾਨ ਵੱਜੀ ਹੋਈ ਪੁੱਛ ਆਓ ਕਬੱਡੀ ਦੇ ਖੇਡ ਮੈਦਾਨ ਵਿੱਚ ਦੇਖਾਂਗੇ ਪੈਰ ਉਖੜੇ ਹੈ ਨੌਜਵਾਨ ਨੇ ਜੀ ਜਾਣ ਵਾਲਾ ਜੱਫਾ ਲਾ ਕੇ ਕਮਾਲ ਕੀਤੀ ਹੈ ਤੇ ਧੰਨੇ ਵੀ ਪਾਈ ਫਿਰ ਕਬੱਡੀ ਨਾਲ ਫਿਰ ਜੁੜੀਏ ਪੱਖੀ ਕਲਾਂ ਦੀ ਧਰਤੀ ਦਾ ਇਹ ਵੀ ਮਾਹਲਾ ਕਲਾਂ ਪਿੰਡ ਜਿਹਦੇ ਮੂਹਰੇ ਕਲਾਂ ਲੱਗ ਜਾਂਦਾ ਉਹ ਵੱਡਾ ਹੋ ਜਾਂਦਾ ਜਿਹਦੇ ਮੂਹਰੇ ਖੁਰਦ ਲੱਗ ਜਾਂਦਾ ਉਹ ਛੋਟਾ ਹੋ ਜਾਂਦਾ
सरदार करमजीत सिंह जी चौंकी इंचार्ज नथू वाला वो भी अपनी पूरी पंजाब पुलिस की पार्टी ने इतने पुजे है उन्होंने भी असं सत्कार करते हैं समुची टूरनामेंट कमेटी की तरफों सरदार करमजीत सिंह जी चौंकी इंचार्ज नथू वाला सरदार सुरजीत सिंह जी लखे दे फादर साहब उन्होंने तरफों रवि झंडे का मान सम्मान देसी गा दे पीपे नाल होगा देसी गा दे पीपे नाल होगा और दुनिया इस एरिए का पिछले साल तो पिछले साल की गल करिए इस नगर का बेस्ट धावी भी डिकलेयर किया गया सी अज उस वीर का बहुत वड्डा मान सम्मान होगा पंजाब भर दीआं टीमां ते पंजाब भर दे प्लेयर के आरी 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 माले विच मैच रखते तू भी आज ही खिच तैयारी पैंदा दसू कुछ मान दोस्तों खेडे।